दुकालं प्रणासी दयालं स्वरूपे सदा अंग संगे अभंगं विभूते शब्द गुरु तन तन साहिब श्री गुरु ग्रंथ साहिब महाराज जी दी पावन पवित्र निघी हजूरी दा अमृत वेले तो आनंद माण रहे गुरु प्यार वाले सतसंगी जनों आप समूह सतसंगी जन जो गुरु हजूरी विच अते चढ़दी कला टाइम टीवी दे माध्यम राही देसां परदेसां विच धन धन बाला प्रीतम श्री गुरु हर कृष्ण साहिब महाराज दे दरबार विच हाजरी लगवा के अपना जीवन सफल अते पवित्र बना रहे हो। आओ मन विरतियां करो एकागर विचार अधीन शब्द भाई साहिब जी हुरां पासों आप जी ने सरवण कीता है। जितने भी शरीर गुरु हजूरी विच टिके हो धन धन श्री गुरु ग्रंथ साहिब जी नू अपना सीस चुकाओ।
प्रेम अते सत्कार नाल नास रू मंसूर एज दी मंजूर हक रा गंजूर जुमला फैज नूर हक हक आगाह शाहे शहनशाह धन धन श्री गुरु गोबिंद सिंह साहिब महाराज वलों बख्शिश कीती होई पावन गुरु की फतेह चढ़दी कला विच बुलाओ अते आखो जी वाहे गुरु जी का खालसा वाहे गुरु जी की फतेह। गुरबड़ पागी पाया ऐसा गुरबड़ पागी पाया गुरबड़ पागी गुरबड़ पागी पाया ऐसा गुरबड़ पागी पाया गुरबड़ पागी भूले मारग जिन्हें बताया भूले मारग जिन्हें बताया भूले गुरबड़ पागी पाया ऐसा गुरबड़ पागी पाया गुरबड़ पागी धन श्री गुरु ग्रंथ साहिब जी धन श्री गुरु ग्रंथ साहिब जी धन श्री साहिब मेरा एको है भाई एको है साहिब दूजा नाही कोए तुद बिन दूजा नाही कोए दूजा श्री हर कृष्ण ते आइए श्री हर कृष्ण ते आइए श्री हर जिस डीठे सब दुख जाए जिस डीठे सब दुख जाए जिस गुरबड़ पागी पाया ऐसा गुरबड़ पागी पाया गुरबड़ पागी उच्चारण करो सतनाम श्री वाहे गुरु जी फिर करो कृपा सतनाम श्री वाहे गुरु जी। अज दा जो पावन शब्द है सारंग राग विच धन धन श्री गुरु अर्जुन देव साहिब जी महाराज वल्लों उचारण कीता गया है ते जिस दी आरंभली शुरुआत है राहु दा बंद ते महाराज कृपा वरता रहे हन मन कहा लुभाई आन को ईत ऊत प्रभ सदा सहाई जी संग तेरे काम को रहाओ। धन धन श्री गुरु अर्जुन देव पिता जी ने इस पावन शब्द दे आरंभ विच मन नू एक लगाम दे के बख्शिश कीती है कि ऐ मन तू कदे भी लोभ विच ना आई कदे लालच विच ना आई क्योंकि जो मनुख लालच विच अपना पैर एक बार रख दे ते उसनू ऐसा रस आउंदा है दुनियावी कि जिसने कदे
ਇੱਕ ਪਾਪ ਕੀਤਾ ਹੋਵੇ ਉਹ ਹਜ਼ਾਰ ਪਾਪ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਜਿਸ ਦੇ ਮਨ ਉੱਤੇ ਲੋਭ ਦੀ ਮੈਲ ਲੱਗ ਗਈ, ਪਹਿਲੇ ਦਿਨ ਉਹਨੂੰ ਇੰਜ ਪ੍ਰਤੀਤ ਹੋਏਗਾ ਕਿ ਜੋ ਮੈਂ ਕੀਤਾ ਸੋ ਗਲਤ ਸੀ। ਪਰ ਜਿਉਂ ਜਿਉਂ ਮਨੁੱਖ ਉਸ ਲੋਭ ਵਾਲੇ ਪਾਸੇ ਨੂੰ ਤੁਰੇਗਾ, ਤਿਉਂ ਤਿਉਂ ਆਤਮਕ ਆਵਾਜ਼ ਆਉਣੀ ਇਸ ਦੀ ਬੰਦ ਹੋ ਜਾਏਗੀ ਔਰ ਇੱਕ ਦਿਨ ਇਹ ਮਨੁੱਖ ਵੱਡੇ ਤੋਂ ਵੱਡਾ ਪਾਪੀ ਬਣ ਜਾਏਗਾ। ਬਿਲਕੁਲ ਇਸ ਤਰ੍ਹਾਂ ਜਿਸ ਵੇਲੇ ਅਸੀਂ ਕੋਈ ਨਵਾਂ ਵਸਤਰ ਪਾਉਂਦੇ ਹਾਂ, ਨਵਾਂ ਵਸਤਰ ਪਾਉਂਦੇ ਹਾਂ ਕਿਤੇ ਕੋਈ ਦਾਗ ਲੱਗ ਜੇ ਸਾਨੂੰ ਬਹੁਤ ਚੁੱਭਦਾ ਹੈ। ਨਵੀਂ ਗੱਡੀ ਅਸੀਂ ਲਈ, ਪਹਿਲੇ ਦਿਨ ਕੋਈ ਸਕ੍ਰੈਚ ਲੱਗ ਗਈ ਤੇ ਸਾਨੂੰ ਬੜੀ ਚੁਭੀ ਕਿ ਮੈਂ ਅੱਜ ਲੈ ਕੇ ਆਇਆ ਸਾਂ ਤੇ ਅੱਜ ਹੀ ਇਸ ਨੂੰ ਸਕ੍ਰੈਚ ਪੈ ਗਏ, ਇਸ ਨੂੰ ਦਾਗ ਪੈ ਗਏ। ਪਰ ਜਦੋਂ ਗੱਡੀ 8-10 ਸਾਲ ਪੁਰਾਣੀ ਹੋ ਜੇ, ਫਿਰ ਭਾਵੇਂ ਉਹਨੂੰ ਕਈ ਸਕ੍ਰੈਚ ਵੀ ਪੈ ਜਾਣ, ਕੱਪੜਾ ਮੈਲਾ ਹੋ ਜੇ, ਉਹਨੂੰ ਕੋਈ ਦਾਗ ਵੀ ਪੈ ਜੇ ਤੇ ਅਸੀਂ ਗੌਰ ਨਹੀਂ ਕਰਦੇ, ਕਿਉਂਕਿ ਸਾਡੀ ਅੰਦਰ ਦੀ ਆਵਾਜ਼ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਜਿਸ ਵੇਲੇ ਬੰਦਾ ਲਾਲਚ ਵਿੱਚ ਪਹਿਲੇ ਦਿਨ ਪਏਗਾ, ਅੰਦਰ ਦੀ ਆਵਾਜ਼ ਉਹਨੂੰ ਰੋਕੇਗੀ। ਪਰ ਜਿਉਂ ਜਿਉਂ ਗੁਰੂ ਨਾਲੋਂ ਦੂਰੀ ਪਾਓਗੇ ਔਰ ਲਾਲਚ ਨਾਲ ਨੇੜਤਾ ਰੱਖੋਗੇ, ਤਿਉਂ ਤਿਉਂ ਅੰਦਰ ਦੀ ਆਵਾਜ਼ ਆਉਣੀ ਬੰਦ ਹੋਏਗੀ ਤੇ ਸੱਚਾ ਸੁੱਚਾ ਬੰਦਾ ਇੱਕ ਦਿਨ ਵੱਡਾ ਪਾਪੀ ਬਣ ਜਾਏਗਾ। ਇਸ ਲਈ ਮਹਾਰਾਜ ਨੇ ਜ਼ਿਕਰ ਕੀਤਾ ਤੇ ਸਾਡੀ ਝੋਲੀ ਵਿੱਚ ਗੁਰੂ ਨੇ ਨੇਮ ਪਾਇਆ ਤੇ ਨਿੱਤ ਦਾ ਨੇਮ ਪਾਇਆ। ਕਿਤੇ ਗੁਰੂ ਦੀ ਬਾਣੀ ਵਿੱਚ ਸ਼ਬਦ ਨਹੀਂ ਤੂੰ ਸੰਗਰਾਂਦ ਨੂੰ ਗੁਰੂ ਕਰ ਆ, ਕਿਤੇ ਐਤਵਾਰ ਦਾ ਜ਼ਿਕਰ ਨਹੀਂ, ਕਿਤੇ ਮੱਸਿਆ ਦਾ ਜ਼ਿਕਰ ਨਹੀਂ ਕਿ ਫਲਾਣੇ ਦਿਨ ਤੂੰ ਗੁਰੂ ਦੇ ਘਰ ਵਿੱਚ ਆ। ਗੁਰਸਿੱਖੋ, ਗੁਰਬਾਣੀ ਵਿੱਚ ਤੇ ਇੰਜ ਹੈ ਕਿ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜਿਵੇਂ ਅਸੀਂ ਕਿਸੇ ਬੈੱਡ ਤੇ ਬਹਿੰਦੇ ਹਾਂ, ਸੋਫੇ ਤੇ ਬਹਿੰਦੇ ਹਾਂ, ਜਦੋਂ ਤੀਕਰ ਬੈਠੇ ਹਾਂ ਉਦੋਂ ਤੀਕਰ ਸੋਫਾ ਨੀਵਾਂ, ਜਿਸ ਵੇਲੇ ਉੱਠੇ ਤੇ ਗੱਦਾ ਫਿਰ ਉੱਚਾ ਹੋ ਗਿਆ। ਜਦੋਂ ਤੀਕਰ ਬਾਣੀ ਦਾ ਵਜ਼ਨ ਐਤੇ ਪਾ ਕੇ ਰੱਖੋਗੇ, ਇਹ ਮਨ ਨੀਵਾਂ ਚਲੇਗਾ। ਜਿਸ ਦਿਨ ਬਾਣੀ ਦਾ ਵਜ਼ਨ ਚੁੱਕ ਦਿੱਤਾ, ਇਹ ਮਨ ਬੇਗਾਨਿਆਂ ਦੀ ਗੱਲ ਛੱਡੋ, ਆਪਣੇ ਆਪ ਨੂੰ ਵੀ ਇੱਕ ਦਿਨ ਲੱਤ ਮਾਰ ਦਿੰਦਾ ਹੈ। ਇਸ ਕਰਕੇ ਅੰਦਰ ਦਾ ਲੋਭ ਇਹ ਵਿਕਾਰਾਂ ਨੂੰ ਜਨਮ ਦੇਣ ਵਾਲਾ ਹੈ। ਤੇ ਸਾਹਿਬ ਨੇ ਫਿਰ ਬਾਣੀ ਵਿੱਚ ਇੰਜ ਕਿਰਪਾ ਕੀਤੀ ਹੈ, ਕਹਿਣ ਲੱਗੇ ਐ ਮਨ, ਸਾਹਿਬ ਨੇ ਪਹਿਲਾਂ ਇਹਨੂੰ ਕਿਹਾ ਕੁੱਤਾ, ਤੇ ਫਿਰ ਨਾਲ ਕਹਿੰਦੇ ਨੇ ਕਿ ਤੇਰੀ ਜਿਹੜੀ ਪੂੰਛ ਹੈ ਉਹ ਮੈਨੂੰ ਬਹੁਤ ਚੰਗੀ ਲੱਗਦੀ ਹੈ ਤੇ ਤੂੰ ਗਊ ਵਰਗਾ ਸਿੱਧਾ ਵੀ ਹੈ। ਪਰ ਨਾਲ ਇਹ ਵੀ ਕਹਿ ਦਿੱਤਾ ਕਿ ਇਹ ਕੁੱਤਿਆ, ਜਿਸ ਵੇਲੇ ਘਰ ਵਿੱਚ ਕੋਈ ਨਹੀਂ ਹੁੰਦਾ ਤੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਕਿ ਘਰਾਂ ਵਿੱਚ ਹੱਥੀ ਚੱਕੀਆਂ ਚੜਦੀਆਂ ਸਨ, ਘਰ ਦੇ ਲੋਕ ਖੇਤਾਂ ਨੂੰ ਚਲੇ ਗਏ ਤੇ ਪਿੱਛੋਂ ਕੁੱਤਾ ਵੜ ਜਾਂਦਾ ਸੀ ਤੇ ਉਹਨੇ ਕੀ ਕਰਨਾ, ਚੱਕੀ ਨੂੰ ਚੱਟ ਲੈਣਾ। ਚਲੋ ਇੱਥੇ ਤੱਕ ਤੇ ਠੀਕ ਹੈ ਕਿ ਭੁੱਖ ਲੱਗੀ ਸੀ, ਉਹਨੇ ਕੁਝ ਆਟਾ ਖਾ ਲਿਆ, ਚੱਕੀ ਨੂੰ ਚੱਟ ਲਿਆ। ਪਰ ਬਾਣੀ ਕਹਿੰਦੀ ਹੈ ਇਹ ਲਾਲਚੀ ਕੁੱਤਾ ਐਸਾ ਹੈ ਕਿ ਜਿਹੜਾ ਉਹ ਪੂਣਾ ਹੁੰਦਾ ਹੈ ਨਾ ਸਾਫ਼ ਕਰਨ ਵਾਲਾ ਚੱਕੀ ਨੂੰ, ਇਹ ਉਹਨੂੰ ਵੀ ਚੁੱਕ ਕੇ ਆਪਣੇ ਮੂੰਹ ਵਿੱਚ ਬਾਹਰ ਲੈ ਕੇ ਜਾਂਦਾ ਹੈ। ਕੋਈ ਉਸ ਕੁੱਤੇ ਨੂੰ ਇਹ ਦੱਸੇ ਭਲਿਆ, ਤੂੰ ਇੰਨਾ ਆਟਾ ਖਾ ਗਇਓ, ਤੇਰਾ ਭਲਾ ਉਹ ਨਾਲ ਨਹੀਂ ਹੋਇਆ, ਆ ਜਰਾ ਜਿਹਾ ਲੈ ਕੇ ਚਿੱਥੜਾ ਚੱਲਿਆ, ਇਹਦੇ ਨਾਲ ਭਲਾ ਹੋ ਜਾਏਗਾ। ਉਹ ਗੁਰੂ ਨੇ ਤੈਨੂੰ ਇੱਕ ਘਰ ਦਿੱਤਾ, ਜੇ ਉਹਦੇ ਨਾਲ ਤੇਰਾ ਭਲਾ ਨਹੀਂ ਹੋਇਆ ਤੇ ਭਰਾ ਦੇ ਪਲਾਟ ਤੇ ਕਬਜ਼ਾ ਕਰਕੇ ਤੇਰਾ ਕਦੇ ਵੀ ਭਲਾ ਨਹੀਂ ਜੇ ਹੋਏਗਾ। ਗੁਰੂ ਨੇ ਕਿਹਾ ਅੰਦਰ ਦੇ ਲਾਲਚ ਨੂੰ ਤੂੰ ਅੰਦਰ ਆਤਮੇ ਟਿਕਾ,
ਤਾਂ ਕਿ ਤੈਨੂੰ ਇਹ ਲਾਲਚ ਕਿਤੇ ਵੀ ਮਾਰ ਨਾ ਸਕੇ। ਸਾਹਿਬ ਨੇ ਜ਼ਿਕਰ ਕੀਤਾ ਬਾਣੀ ਵਿੱਚ ਕਿ ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਝਮਕ ਬਾਲ, ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸ ਹੀ ਕਹਿ ਤੂੰ ਮਤ ਹੀ ਜਾਹੇ, ਐ ਮੇਰੇ ਮਨ ਜੋ ਤੈਨੂੰ ਅਕਾਲ ਨੇ ਦਿੱਤਾ ਉਹਦਾ ਹਰ ਵੇਲੇ ਸ਼ੁਕਰ ਕਰ, ਜੇ ਉਹਦਾ ਸ਼ੁਕਰ ਨਾ ਕੀਤਾ ਤੇ ਬੇਗਾਨੇ ਦਰਵਾਜ਼ਿਆਂ ਅੱਗੇ ਭਜਿਓ। ਤੇ ਸੱਚ ਜਾਣ ਬਾਣੀ ਨੇ ਫਿਰ ਇਹ ਵੀ ਜ਼ਿਕਰ ਕੀਤਾ ਕਿ ਦੁਆਰੈ ਦੁਆਰ ਸਵਾਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਜਿਵੇਂ ਦੁਆਰ ਦੁਆਰ ਤੇ ਕੁੱਤਾ ਡੋਲਦਾ ਹੈ ਤੇ ਅੱਗੋਂ ਉਹਨੂੰ ਝਿੜਕਾਂ ਪੈਂਦੀਆਂ ਨੇ, ਜਿਹੜਾ ਗੁਰੂ ਨਾਨਕ ਦਾ ਘਰ ਛੱਡ ਕੇ ਰਿਸ਼ਤੇਦਾਰੀਆਂ ਦੇ ਦੁਆਰਿਆਂ ਤੇ ਡੋਲਦਾ ਹੈ ਲੋਕ ਉਹਨੂੰ ਝਿੜਕਾਂ ਪਾਉਂਦੇ ਨੇ, ਤੇ ਜਿਹੜਾ ਸਭ ਕੁਝ ਛੱਡ ਕੇ ਗੁਰੂ ਦੇ ਦਰ ਤੇ ਆਉਂਦਾ ਹੈ, ਗੁਰੂ ਕਹਿੰਦਾ ਹੈ ਬੇਟਾ ਮੇਰੇ ਕੋਲ ਆ, ਮੈਂ ਤੈਨੂੰ ਐਸੀ ਦਾਤ ਦਿਆਂਗਾ ਕਿ ਤੂੰ ਕਿਸੇ ਦਾ ਮੁਹਤਾਜ ਨਹੀਂ ਰਹੇਗਾ, ਤੂੰ ਦੁਨੀਆ ਅੰਦਰ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਏਗਾ। ਸਾਹਿਬ ਜੀ ਉਹ ਕਿਹੜੀ ਦਾਤ ਆ, ਮੈਂ ਤੇ ਲੱਖਾਂ ਕਮਾਉਣ ਤੋਂ ਬਾਅਦ ਵੀ ਭਿਖਾਰੀ ਹਾਂ, ਐਸੀ ਕਿਹੜੀ ਦਾਤ ਹੈ ਮੈਂ ਪਾਤਸ਼ਾਹ ਦਾ ਪਾਤਸ਼ਾਹ ਬਣਾਂਗਾ। ਤੇ ਗੁਰਬਾਣੀ ਨੇ ਫਿਰ ਜ਼ਿਕਰ ਕੀਤਾ ਕਿ ਜਿਸ ਨੂੰ ਬਖਸ਼ੇ ਸਿਫਤ ਸਾ ਲਾਹਾ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਜਿਹਨੂੰ ਗੁਰੂ ਆਪਣਾ ਨਾਮ ਦੇ ਦੇ ਉਹ ਪਾਤਸ਼ਾਹ ਦਾ ਪਾਤਸ਼ਾਹ। ਸਤਿਗੁਰੂ ਨਾਮ ਕੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤ ਕਿਉਂਕਿ ਬਾਣੀ ਨੇ ਜ਼ਿਕਰ ਕੀਤਾ ਕਿ ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਜਿਸ ਦਿਨ ਨਾਮ ਨੂੰ ਪੀਣਾ ਸਿੱਖ ਗਿਆ, ਜਿਸ ਦਿਨ ਨਾਮ ਦੇ ਵਸਤਰ ਨੂੰ ਪਾਉਣਾ ਸਿੱਖ ਗਿਆ, ਉਹ ਦਿਨ ਨਾ ਤੇਰੀ ਪਤ ਨੰਗੀ ਹੋਏਗੀ ਤੇ ਨਾ ਤੂੰ ਕਦੇ ਭੁੱਖਾ ਰਹੇਗਾ। ਜੇ ਕੋਈ ਲਾਲਚ ਤੋਂ ਛੁਟਕਾਰਾ ਦਿਖਾ ਸਕਦਾ ਹੈ ਤੇ ਉਹ ਕੇਵਲ ਇੱਕੋ ਹੀ ਦਾਤ ਹੈ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਖੇਤ ਵਿੱਚ ਇੱਕ ਪੰਡਿਤ ਜੀ ਨੇ ਆ ਕੇ ਉਤਾਰਾ ਕੀਤਾ, ਬਹੁਤ ਵਿਦਵਾਨ ਸਨ, 14 ਸਾਲ ਕਾਂਸੀ ਵਿੱਚ ਪੜ੍ਹ ਕੇ ਆਏ ਸਨ, ਤੇ ਜੱਟ ਦੀ ਨਜ਼ਰ ਪਈ। ਜੱਟ ਨੇ ਸੋਚਿਆ ਕਿ ਮਹਾਂਪੁਰਸ਼ ਆਏ ਨੇ ਤੇ ਕਿਉਂ ਨਾ ਇਹਨਾਂ ਦੀ ਕੋਈ ਸੇਵਾ ਕੀਤੀ ਜਾਏ। ਉਹ ਦੁੱਧ ਦਾ ਛੰਨਾ ਭਰ ਕੇ ਲਿਆਇਆ ਤੇ ਉਹਨੇ ਮਹਾਂਪੁਰਖਾਂ ਨੂੰ ਛਕਾਇਆ, ਤੇ ਛਕਣ ਤੋਂ ਬਾਅਦ ਉਹ ਵਿਦਵਾਨ ਸੱਜਣ ਉੱਥੋਂ ਜਾਣ ਲੱਗਿਆ ਤੇ ਜੱਟ ਨੇ ਇੱਕ ਸਵਾਲ ਕੀਤਾ, ਕਹਿਣ ਲੱਗਾ ਮਹਾਂਪੁਰਖੋ, ਤੁਸੀਂ ਵੇਖਣ ਨੂੰ ਬੜੇ ਆਲਮ ਫਾਜ਼ਲ ਲੱਗਦੇ ਹੋ, ਤੇ ਮੈਨੂੰ ਕੋਈ ਉਪਦੇਸ਼ ਤੇ ਦੇ ਜੋ ਮੈਂ ਤੁਹਾਡੀ ਸੇਵਾ ਕੀਤੀ ਜੇ। ਅੱਗੋਂ ਫਿਰ ਉਸ ਪੰਡਿਤ ਵਿਦਵਾਨ ਸੱਜਣ ਨੇ ਜਿਹੜਾ ਸ਼ਬਦ ਕਿਹਾ, ਉਹਨੇ ਕਿਹਾ ਪੁਰਖਾ ਕਦੇ ਲਾਲਚ ਨਾ ਕਰੀ, ਇਹ ਲਾਲਚ ਤੈਨੂੰ ਡੋਬ ਦਏਗਾ। ਭਾਵ ਇਹ ਇਸ ਤਰ੍ਹਾਂ ਦਾ ਲਾਲਚ, ਇਸ ਤਰ੍ਹਾਂ ਦਾ ਕੋਈ ਪਾਪ ਨਾ ਕਰੀ ਜਿਹੜਾ ਤੈਨੂੰ ਡੋਬ ਦੇਵੇ। ਤੇ ਅੱਗੋਂ ਜੱਟ ਨੇ ਫਿਰ ਸਵਾਲ ਕੀਤਾ, ਕਹਿਣ ਲੱਗਾ ਮਹਾਂਪੁਰਖੋ, ਤੁਸੀਂ ਕਹਿੰਦੇ ਹੋ ਮੈਂ ਕੋਈ ਪਾਪ ਨਾ ਕਰਾਂ, ਮੈਨੂੰ ਇਹ ਤੇ ਦੱਸ ਦਿਓ ਵੀ ਪਾਪ ਦਾ ਬਾਪ ਕੌਣ ਆ, ਪਾਪ ਪੈਦਾ ਕਿੱਥੋਂ ਹੁੰਦਾ ਹੈ, ਤਾਂ ਕਿ ਮੈਂ ਜੜ ਕੱਟ ਦਿਆਂ ਤੇ ਪਾਪ ਪੈਦਾ ਹੀ ਨਾ ਹੋਵੇ। ਉਹ ਮਹਾਂਪੁਰਖ ਕਹਿਣ ਲੱਗੇ, ਮੈਂ 14 ਸਾਲ ਕਾਂਸ਼ੀ ਪੜ੍ਹਿਆ, ਪਾਪ ਬਾਰੇ ਤੇ ਬੜਾ ਸੁਣਿਆ, ਪਾਪ ਦੇ ਬਾਪ ਬਾਰੇ ਇਹ ਨਹੀਂ ਮੈਂ ਕਦੇ ਸੁਣਿਆ ਵੀ ਇਹ ਕੀ ਹੈ। ਉਹ ਕਹਿਣ ਲੱਗਾ, ਜੱਟ ਕਹਿਣ ਲੱਗਿਆ, ਜੀ ਮੈਨੂੰ ਤੇ ਜਵਾਬ ਚਾਹੀਦਾ ਹੈ ਤੇ ਤੁਸਾਂ ਦੇ ਕੇ ਜਾਓ ਜ਼ਰੂਰ, ਨਹੀਂ ਤੇ ਮੈਂ ਭਟਕਦਾ ਰਵਾਂਗਾ।
ਉਹ ਕਹਿਣ ਲੱਗਾ ਜ਼ਮੀਂਦਾਰਾ ਮੇਰੇ ਕੋਲੇ ਇਹਦਾ ਜਵਾਬ ਨਹੀਂ। ਤੇ ਅੱਗੋਂ ਜੱਟ ਨੇ ਸ਼ਬਦ ਕਿਹਾ, ਕਹਿਣ ਲੱਗਾ ਜੀ ਸਾਡੇ ਪਿੰਡ ਇੱਕ ਵੇਸ਼ਵਾ ਰਹਿੰਦੀ ਹੈ ਬੜੀ ਸਿਆਣੀ, ਜੇ ਤੁਸੀਂ ਚਾਹੋ ਤੇ ਉਹਦੇ ਕੋਲੋਂ ਜਵਾਬ ਲੈ ਸਕਦੇ ਹੋ, ਉਹ ਬੜੀ ਸਿਆਣੀ ਹੈ। ਤੇ ਵਿਦਵਾਨ ਸੱਜਣ ਕਹਿਣ ਲੱਗਾ ਮੈਂ ਵੇਸ਼ਵਾ ਦੇ ਦੁਆਰੇ ਤੇ ਕਿੰਜ ਜਾ ਸਕਣਾ ਵਾਂ। ਜ਼ਮੀਂਦਾਰ ਕਹਿਣ ਲੱਗਾ ਮੈਨੂੰ ਜਵਾਬ ਦੇ ਬਿਨਾਂ ਤੁਸੀਂ ਜਾਣਾ ਨਹੀਂ। ਤੇ ਵਿਦਵਾਨ ਨੇ ਸੋਚਿਆ ਚਲੋ ਕੋਈ ਗੱਲ ਨਹੀਂ, ਵੇਸ਼ਵਾ ਨੂੰ ਬਾਹਰ ਬੁਲਾਵਾਂਗਾ, ਆਵਾਜ਼ ਮਾਰ ਕੇ ਪੁੱਛਾਂਗਾ, ਜੇ ਉਹ ਕੁਝ ਜਵਾਬ ਦੇਗੀ ਤੇ ਮੈਂ ਇਹਨੂੰ ਦੇ ਦਿਆਂਗਾ। ਦੁਪਹਿਰ ਵੇਲੇ ਉਹ ਵਿਦਵਾਨ ਸੱਜਣ ਜਿਸ ਵੇਲੇ ਵੇਸ਼ਵਾ ਦੇ ਦੁਆਰੇ ਤੇ ਆਇਆ, ਉਹਨੇ ਬੂਹਾ ਖੜਕਾਇਆ, ਬੂਹਾ ਖੜਕਾਇਆ ਤੇ ਬਾਹਰੋਂ ਆਵਾਜ਼ ਦਿੱਤੀ, ਅੰਦਰੋਂ ਵੇਸ਼ਿਆ ਆਈ। ਤੇ ਉਹ ਵਿਦਵਾਨ ਸੱਜਣ ਪੁੱਛਣ ਲੱਗਿਆ ਕਿ ਮੈਂ ਤੈਨੂੰ ਪੁੱਛਣਾ ਚਾਹੁੰਦਾ ਵਾਂ, ਪਾਪ ਦਾ ਬਾਪ ਕੌਣ ਹੈ ਇਹ ਤੂੰ ਦੱਸੇਂਗੀ? ਮੈਂ ਬਹੁਤਾ ਸਮਾਂ ਇੱਥੇ ਖੜਨਾ ਨਹੀਂ, ਮੇਰੀ ਸ਼ਾਨ ਦੇ ਖਿਲਾਫ ਆ। ਵੇਸ਼ਵਾ ਕਹਿਣ ਲੱਗੀ ਪੰਡਿਤ ਜੀ ਆਏ ਹੋ ਘੁੱਟ ਪਾਣੀ ਪੀ ਲਓ ਤੇ ਫਿਰ ਹੋ ਸਕਦਾ ਹੈ ਮੈਂ ਜਵਾਬ ਦਿਆਂ। ਉਹ ਵਿਦਵਾਨ ਕਹਿਣ ਲੱਗਾ ਤੇਰੇ ਹੱਥ ਦਾ ਪਾਣੀ ਤੇ ਮੈਂ ਪੀ ਲਵਾਂ? ਇਹ ਤੂੰ ਸੋਚ ਵੀ ਕਿੰਜ ਲਿਆ? ਜੇ ਜਵਾਬ ਦੇਵੇਂ ਤਾਂ ਠੀਕ, ਨਹੀਂ ਤੇ ਮੈਂ ਆਪਣੇ ਰਸਤੇ ਚੱਲਿਆ ਵਾਂ। ਉਹ ਵੇਸ਼ਵਾ ਕਹਿਣ ਲੱਗੀ ਜੀ ਅੰਦਰ ਆਓ, ਪ੍ਰਸ਼ਾਦਾ ਤਿਆਰ ਕਰਨੀ ਆ, ਪ੍ਰਸ਼ਾਦਾ ਛਕਿਓ। ਵਿਦਵਾਨ ਕਹਿਣ ਲੱਗਾ ਮੈਂ ਤੇਰੇ ਹੱਥ ਦਾ ਪਾਣੀ ਨਹੀਂ ਪੀਣਾ, ਤੂੰ ਪ੍ਰਸ਼ਾਦੇ ਦੀ ਗੱਲ ਕਰਨੀ ਹੈ, ਮੈਂ ਇੱਥੇ ਖੜਨਾ ਵੀ ਨਹੀਂ। ਹੁਣ ਵੇਸ਼ਵਾ ਨੇ ਜਿਹੜਾ ਅਗਲਾ ਸ਼ਬਦ ਕਿਹਾ ਉਹ ਬੜਾ ਕੀਮਤੀ ਸੀ, ਧਿਆਨ ਨਾਲ ਸੁਣਿਓ। ਵੇਸ਼ਵਾ ਕਹਿਣ ਲੱਗੀ ਪੰਡਿਤ ਜੀ ਤੁਹਾਡੀ ਮਰਜ਼ੀ, ਬਾਕੀ ਜਿਹੜੀ ਮੇਰੇ ਕੋਲੇ ਥਾਲੀ ਹੈ, ਗਿਲਾਸ ਹੈ, ਚਮਚ ਹੈ, ਕੌਲੀ ਹੈ ਨਾ, ਇਹ ਜਿਹਨੂੰ ਮੈਂ ਪ੍ਰਸ਼ਾਦਾ ਛਕਾਨੀ ਆ, ਸੋਨੇ ਦਾ ਹੈ ਸਭ ਕੁਝ, ਤੇ ਮੈਂ ਉਹਨੂੰ ਹੀ ਦੇ ਦੇਣੀ ਆ, ਤੁਸਾਂ ਨਹੀਂ ਖਾਣਾ ਨਹੀਂ ਪੀਣਾ ਤੇ ਤੁਹਾਡੀ ਮਰਜ਼ੀ ਹੈ। ਵਿਦਵਾਨ ਨੇ ਸੋਚਿਆ ਸਾਰੀ ਉਮਰ ਕਥਾ ਕਰੇਗਾ ਤਾਂ ਵੀ ਏਡਾ ਸੋਨਾ ਚਾਂਦੀ ਨਹੀਂ ਲੱਭਣਾ, ਕਿਹੜਾ ਕੋਈ ਤੈਨੂੰ ਵੇਖਦਾ ਪਿਆ, ਤੂੰ ਅੰਦਰ ਚਲਿਆ ਜਾ ਤੇ ਰੋਟੀ ਖਾ ਤੇ ਆਪਣੇ ਘਰ ਨੂੰ ਜਾ, ਸੋਨੇ ਦੀ ਥਾਲੀ, ਸੋਨੇ ਦਾ ਗਿਲਾਸ ਤੇ ਸੋਨੇ ਦੀ ਕੌਲੀ। ਜਿਸ ਵੇਲੇ ਉਹਨੇ ਅੰਦਰ ਆ ਕੇ ਉਤਾਰਾ ਕੀਤਾ ਤੇ ਕਿਹਾ ਵੇਸ਼ਵਾ ਨੂੰ ਛੇਤੀ ਨਾਲ ਪ੍ਰਸ਼ਾਦਾ ਲਿਆ, ਜਿਸ ਵੇਲੇ ਪ੍ਰਸ਼ਾਦਾ ਸਜਾਇਆ ਗਿਆ ਸੋਨੇ ਦੇ ਭਾਂਡਿਆਂ ਵਿੱਚ, ਤੇ ਜਿਸ ਵੇਲੇ ਵਿਦਵਾਨ ਨੇ ਮਾਰੀ ਬੁਰਕੀ ਤੇ ਜਿਸ ਵੇਲੇ ਮੂੰਹ ਵਿੱਚ ਪਾਉਣ ਲੱਗਿਆ, ਵੇਸ਼ਿਆ ਨੇ ਹੱਥ ਰੋਕ ਲਿਆ। ਕਹਿਣ ਲੱਗੀ ਵਿਦਵਾਨ ਸੱਜਣ ਜੀ ਤੁਸਾਂ ਪੁੱਛਦੇ ਸਾਂ ਕਿ ਪਾਪ ਦਾ ਬਾਪ ਕੌਣ ਆ? ਕਹਿੰਦੇ ਬਸ ਪਾਪ ਦਾ ਬਾਪ ਹੈ ਇਹ ਲਾਲਚ। ਕਹਿੰਦੇ ਜਿਸ ਵੇਸ਼ਿਆ ਦੇ ਦੁਆਰੇ ਦਾ ਤੁਸਾਂ ਪਾਣੀ ਨਹੀਂ ਸੀ ਪੀਣਾ, ਅੱਜ ਉਹਦੇ ਕੋਲ ਬਹਿ ਕੇ ਤੁਸੀਂ ਰੋਟੀਆਂ ਖਾ ਰਹੇ ਹੋ, ਕਿਉਂਕਿ ਤੁਹਾਡੇ ਅੰਦਰ ਲਾਲਚ ਆ ਗਿਆ ਹੈ। ਇਸ ਕਰਕੇ ਗੁਰਸਿੱਖ ਖਾਲਸਾ ਜੀ, ਜੇ ਅੰਦਰ ਨੂੰ ਲਾਲਚ ਵਿਆਪ ਗਿਆ ਤੇ ਬੰਦਾ ਡੁੱਬ ਗਿਆ। ਤੇ ਮਹਾਂਪੁਰਖ ਤੇ ਇੰਜ ਬਚਨ ਕਹਿੰਦੇ ਸਨ, ਜਿਸਨੇ ਗੁਰੂ ਦਾ ਲੜ ਛੱਡ ਦਿੱਤਾ ਉਹ ਤਰਦਿਆਂ ਤਰਦਿਆਂ ਵੀ ਡੁੱਬ ਗਿਆ, ਜਿਸਨੇ ਗੁਰੂ ਕਾ ਲੜ ਪਕੜ ਲਿਆ ਉਹ ਡੁੱਬਦਿਆਂ ਡੁੱਬਦਿਆਂ ਵੀ ਤਰ ਗਿਆ। ਕਿਉਂਕਿ ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਅਤੇ ਸਿਆਣੇ ਵਾਲੀ ਕੋਈ ਖੇਡ ਨਹੀਂ। ਕੋਈ ਕਵੇ ਜੀ ਮੈਂ ਚਾਰ ਗੱਲਾਂ ਬਣਾਉਣੀਆਂ ਜਾਣਨਾ ਵਾਂ, ਮੈਂ ਬਹੁਤ ਉੱਚੀ ਬੋਲ ਸਕਣਾ ਵਾਂ, ਮੇਰੇ ਅੱਗੇ ਫਲਾਣਾ ਬੰਦਾ ਕੀ, ਫਲਾਣਾ ਬੰਦਾ ਕੀ। ਬਾਬਾ ਜੀ ਕਹਿੰਦੇ ਨੇ ਸੱਜਣਾ ਇੱਥੇ ਸਿਆਣਾ ਨਹੀਂ, ਇੱਥੇ ਤੇ ਇਆਣਾ ਬਣੇਗਾ ਤਾਂ ਕਿਤੇ ਕਦਰ ਪਏਗੀ, ਕਿਉਂਕਿ ਸਿਆਣੇ ਬੱਚੇ ਮਾਂ ਦੀ ਗੋਦ ਤੋਂ ਦੂਰ ਹੋ ਜਾਂਦੇ ਨੇ ਤੇ ਯਾਣਾ ਬੱਚਾ ਮਾਂ ਦੀ ਗੋਦ ਵਿੱਚ ਰਹਿੰਦਾ ਹੈ। ਜਿਹੜਾ ਦੁਨੀਆ ਵੀ ਚਤੁਰਾਈ ਦਿਖਾਏ ਉਹ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਜਾਏਗਾ। ਤੇ ਜਿਹੜਾ ਕਵੇ ਦਾਤਾ ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਜਿਸ ਵੇਲੇ ਆਪਣਾ ਦਾਵਾ ਕੋਈ ਨਾ ਹੋਵੇ,
ਆਪਣੀ ਸਿਆਣਪ ਕੋਈ ਨਾ ਹੋਵੇ ਤੇ ਉਸ ਵੇਲੇ ਫਿਰ ਗੁਰੂ ਦਾ ਲੜ ਸਿੱਖ ਪਕੜੇ ਤੇ ਸਿੱਖ ਨੂੰ ਗੁਰੂ ਫਿਰ ਪਾਰ ਕਰ ਦਿੰਦਾ ਹੈ ਕਿਉਂਕਿ ਗੁਰੂ ਐਸਾ ਹੈ ਜਿਹੜਾ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਤੇ ਅੱਗੇ ਗੁਰੂ ਅਰਜੁਨ ਸਾਹਿਬ ਜੀ ਕਹਿ ਰਹੇ ਨੇ ਈਤ ਊਤ ਪ੍ਰਭ ਸਦਾ ਸਹਾਈ ਜੀ ਸੰਗ ਤੇਰੇ ਕਾਮ ਕੋ ਐ ਮੇਰੇ ਮਨ ਗੁਰੂ ਕਾ ਲੜ ਛੱਡ ਕੇ ਤੇ ਲਾਲਚ ਵਿੱਚ ਪੈ ਗਏ ਹੋ ਤੈਨੂੰ ਇਹ ਭਰੋਸਾ ਨਹੀਂ ਕਿ ਗੁਰੂ ਤੇਰਾ ਹਰ ਇੱਕ ਕੰਮ ਸਵਾਰਨ ਵਾਲਾ ਹੈ ਗੁਰੂ ਤੇਰੇ ਤੇ ਕਿਰਪਾ ਵਰਤਾ ਕੇ ਉਹਨਾਂ ਕੰਮਾਂ ਨੂੰ ਵੀ ਕਰ ਦਏਗਾ ਜਿਨ੍ਹਾਂ ਕੰਮਾਂ ਦੀ ਬੰਦੇ ਨੂੰ ਉਮੀਦ ਹੀ ਕਦੇ ਨਹੀਂ ਹੁੰਦੀ ਕਦੇ ਪੜੋ ਗੁਰਬਾਣੀ ਦਾ ਸ਼ਬਦ ਬਾਬਾ ਜੀ ਸ਼ਬਦ ਪੜਦੇ ਨੇ ਤੇ ਬਚਨ ਕਹਿੰਦੇ ਨੇ ਕਹਿੰਦੇ ਇਹ ਘਰ ਐਸਾ ਹੈ ਜਿੱਥੇ ਮ੍ਰਿਤਕ ਕੋ ਜੀਵਾਲਨ ਹਾਰ ਭੂਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਸਾਰੇ ਖਜ਼ਾਨੇ ਸਾਰੀਆਂ ਕਿਰਪਾਵਾਂ ਗੁਰੂ ਦੀ ਇੱਕੋ ਦ੍ਰਿਸ਼ਟੀ ਵਿੱਚ ਹਨ ਬਸ ਤੂੰ ਗੁਰੂ ਦੀ ਦ੍ਰਿਸ਼ਟੀ ਵਿੱਚ ਚੜਿਆ ਨਹੀਂ ਤੇ ਗੁਰੂ ਨੇ ਤੇਰੇ ਕਾਰਜ ਕੀਤੇ ਨਹੀਂ ਇਸ ਕਰਕੇ ਅਰਦਾਸ ਇਹ ਕਰੀਏ ਦਾਤਾ ਜੀ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਤੇ ਜਿਸ ਗੁਰੂ ਦੇ ਦਰ ਤੇ ਆਪ ਹਾਜ਼ਰੀ ਭਰਦੇ ਹੋ ਨਾ ਇਸ ਗੁਰੂ ਦਾ ਤੇ ਐਸਾ ਬਿਰਧ ਹੈ ਕਲਗੀ ਵਾਲੇ ਨੇ ਕਹਿ ਦਿੱਤਾ ਹੈ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਤੇ ਆਮ ਅਸੀਂ ਅਰਥ ਕਰਦੇ ਹਾਂ ਜੀ ਜਿਸ ਡਿੱਠੇ ਸਭ ਦੁੱਖ ਜਾਏ ਵੀ ਜਿਸ ਨੂੰ ਤੱਕਿਆ ਸਾਰੇ ਦੁੱਖ ਮਿਟ ਜਾਣਗੇ ਪਰ ਅੱਜ ਤਰਕਵਾਦੀ ਕਹੇਗਾ ਕਿੱਥੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਤੱਕਾਂ ਅਸਲ ਵਿੱਚ ਮਹਾਂਪੁਰਖਾਂ ਨੇ ਇਹਦੇ ਅਰਥ ਇਉਂ ਕੀਤੇ ਨੇ ਕਿ ਜਿਸ ਡਿੱਠੇ ਸਭ ਦੁੱਖ ਜਾਏ ਜਿਹੜਾ ਗੁਰੂ ਹਰਿ ਕ੍ਰਿਸ਼ਨ ਸੱਚਾ ਪਾਤਸ਼ਾਹ ਕਿਸੇ ਨੂੰ ਪਿਆਰ ਨਾਲ ਵੇਖ ਲਵੇ ਉਹਦਾ ਇੱਕ ਨਹੀਂ ਉਹਦੇ ਸਾਰੇ ਦੇ ਸਾਰੇ ਦੁੱਖ ਹੀ ਕੱਟੇ ਜਾਂਦੇ ਨੇ ਇਸ ਕਰਕੇ ਪਰਮਾਤਮਾ ਲੋਕ ਵਿੱਚ ਵੀ ਪਰਮਾਤਮਾ ਪਰਲੋਕ ਵਿੱਚ ਵੀ ਹਰ ਥਾਈ ਆਪਣੇ ਸੇਵਕਾਂ ਦਾ ਸਹਾਈ ਹੁੰਦਾ ਹੈ ਜਿਸ ਵੇਲੇ ਸਿੱਖ ਆਪਣੇ ਗੁਰੂ ਦੇ ਨਾਲ ਪ੍ਰੇਮ ਕਰੇ ਤੇ ਗੁਰੂ ਦੇ ਚਰਣਾਂ ਵਿੱਚ ਕਰੇ ਅਰਦਾਸ ਤੇ ਫਿਰ ਗੁਰੂ ਸਰਬ ਕਲਾ ਸਮਰੱਥ ਬੈਠਿਆ ਜੇ ਤੁਹਾਨੂੰ ਗੁਰੂ ਅਰਜੁਨ ਸਾਹਿਬ ਨੇ ਸਹਿਸ ਕਿਰਤੀ ਵਿੱਚ ਜਿਹੜਾ ਬਚਨ ਕਿਹਾ ਨਾ ਉਹਨੂੰ ਧਿਆਨ ਨਾਲ ਸੁਣਿਓ ਤੁਹਾਡੇ ਅੰਦਰ ਗੁਰੂ ਭਰੋਸਾ ਬਖਸ਼ੇਗਾ ਤੁਹਾਨੂੰ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਨੇ ਤੱਕਿਆ ਇੱਕ ਹਿਰਣੀ ਜਿਹੜੀ ਜੰਗਲ ਵੀ ਘਾਹ ਖਾਂਦੀ ਪਈ ਹੈ ਜਿਸ ਵੇਲੇ ਸ਼ਿਕਾਰੀ ਦੀ ਨਜ਼ਰ ਪਈ ਉਹਨੇ ਵੇਖਿਆ ਬਹੁਤ ਚੰਗੀ ਹੈ ਤੇ ਕਿਉਂ ਨਾ ਹੋਵੇ ਇਹਦਾ ਸ਼ਿਕਾਰ ਕੀਤਾ ਜਾਏ ਤੇ ਮਨ ਅੰਦਰ ਖਿਆਲ ਕੀਤਾ ਸ਼ਿਕਾਰ ਤੇ ਕਰਾਂ ਪਰ ਕਿਤੇ ਇਹ ਭੱਜ ਨਾ ਜਾਏ ਉਹਨੇ ਚਾਰ ਦਰਵਾਜ਼ੇ ਬਣਾ ਦਿੱਤੇ ਹਿਰਣੀ ਨੂੰ ਪਕੜਨ ਵਾਸਤੇ ਉਹਨੇ ਇੱਕ ਥਾਈ ਜਾਲ ਲਗਾ ਦਿੱਤਾ ਦੂਜੀ ਥਾਈ ਉਹਨੇ ਅੱਗ ਜਲਾ ਦਿੱਤੀ ਤੀਜੀ ਥਾਂ ਤੇ ਉਹਨੇ ਆਪਣਾ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ ਤੇ ਚੌਥੀ ਥਾਂ ਤੇ ਉਹ ਆਪ ਬੰਦੂਕ ਲੈ ਕੇ ਖੜ ਗਿਆ ਜਿਸ ਵੇਲੇ ਹਿਰਣੀ ਨੇ ਤੱਕਿਆ ਕਿ ਚਾਰੇ ਦਰਵਾਜ਼ੇ ਬੰਦ ਤੁਹਾਨੂੰ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਨੇ ਸਿੱਖਾ ਇਹ ਹਿਰਣੀ ਦੀ ਗੱਲ ਨਹੀਂ ਇਹ ਮੈਂ ਤੈਨੂੰ ਤੇਰੀ ਗੱਲ ਦੱਸਣ ਲੱਗਿਆ ਵਾਂ ਕਦੇ ਤੇਰੇ ਵੀ ਚਾਰੇ ਦੇ ਚਾਰੇ ਬੰਦ ਹੋ ਜਾਂਦੇ ਨੇ ਕੋਈ ਰੋਗ ਲੱਗ ਜੇ ਰਿਸ਼ਤੇਦਾਰ ਫੋਨ ਚੁੱਕਣੇ ਬੰਦ ਕਰ ਜਾਣ ਬੱਚੇ ਵੀ ਅੱਖਾਂ ਦਿਖਾਣੀਆਂ ਸ਼ੁਰੂ ਕਰ ਦੇਣ ਹੋਰ ਵੀ ਲੋਕਾਂ ਨਾਲ ਵਿਗੜ ਜੇ ਫਿਰ ਬੰਦਾ ਕਵੇ ਦਾਤਾ ਮੈਂ ਜਾਵਾਂ ਤੇ ਜਾਵਾਂ ਕਿਹੜੇ ਪਾਸੇ ਤੁਹਾਨੂੰ ਗੁਰੂ ਅਰਜੁਨ ਸਾਹਿਬ ਜੀ ਕਹਿਣ ਲੱਗੇ ਹਿਰਣੀ ਨੇ ਵੇਖਿਆ ਮੈਂ ਘਿਰ ਗਈਆਂ ਚਾਰੇ ਪਾਸਿਓਂ ਤੇ ਮਨ ਅੰਦਰ ਖਿਆਲ ਕੀਤਾ ਮਨਾ ਮੈਂ ਨਹੀਂ ਭੱਜ ਸਕਦੀ ਹੁਣ ਮਾਨੋ ਅਕਾਲ ਦੇ ਚਰਨਾਂ ਵਿੱਚ ਅਰਦਾਸ ਕੀਤੀ ਇੱਥੇ ਦਾਸ ਬੇਨਤੀ ਕਰੇ ਗੁਰਬਾਣੀ ਦਾ ਸ਼ਬਦ ਆ ਕਿ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਜੇ ਬਬੀਹੇ ਦੀ ਅੰਮ੍ਰਿਤ ਵੇਲੇ ਪੁਕਾਰ ਸੁਣੀ ਜਾ ਸਕਦੀ ਹੈ
ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਿੱਖਾ ਤੂੰ ਵੀ ਅੰਮ੍ਰਿਤ ਵੇਲੇ ਗੁਰੂ ਦਾ ਨਿਤਨੇਮ ਕਰੀ ਗੁਰੂ ਤੈਨੂੰ ਨਰਕਾਂ ਤੋਂ ਕੱਢ ਕੇ ਆਪਣੇ ਸੱਚ ਖੰਡ ਵਿੱਚ ਪਾ ਦੇਗਾ। ਹਿਰਣੀ ਨੇ ਕੀਤੀ ਅਰਦਾਸ ਤੇ ਅਰਦਾਸ ਕੀਤੀ ਰੱਬ ਦੇ ਚਰਨਾਂ ਵਿੱਚ ਕਹਿਣ ਲੱਗੀ ਅੰਦਰੋਂ ਕਿ ਹੇ ਰੱਬਾ ਜੇ ਤੂੰ ਵਸਾਏ ਤਾਂ ਵਸੀ ਜੇ ਤੂੰ ਉਜਾੜੇ ਤਾਂ ਉਜੜੀ ਹੁਣ ਮੇਰੇ ਵਸ ਵਿੱਚ ਕੁਝ ਨਹੀਂ। ਕਹਿੰਦੇ ਅਕਾਲ ਪੁਰਖ ਨੇ ਉਹਦੀ ਬੇਨਤੀ ਸੁਣੀ ਕਹਿੰਦੇ ਹਵਾ ਚਲਾਣੀ ਸ਼ੁਰੂ ਕਰ ਦਿੱਤੀ ਜਿਹੜੀ ਹਵਾ ਸੀ ਅੱਗ ਵਾਲੇ ਪਾਸਿਓਂ ਜਾਲ ਵਾਲੇ ਪਾਸੇ ਨੂੰ ਚੱਲਣੀ ਸ਼ੁਰੂ ਹੋ ਗਈ। ਜਿਹੜਾ ਜਾਲ ਸੀ ਪਾਇਆ ਉਹ ਸੜ ਗਿਆ ਹਵਾ ਦੇ ਨਾਲ ਬਾਰਿਸ਼ ਸ਼ੁਰੂ ਹੋ ਗਈ ਜਿਹੜੀ ਅੱਗ ਸੀ ਉਹ ਵੀ ਬੁਝ ਗਈ ਤੇ ਦੋ ਦਰਵਾਜ਼ੇ ਹਿਰਣੀ ਦੇ ਖੁੱਲ੍ਹ ਗਏ। ਸ਼ਿਕਾਰੀ ਇੱਕਦਮ ਸਾਵਧਾਨ ਹੋਇਆ ਮਨਾ ਦੋ ਦਰਵਾਜ਼ੇ ਖੁੱਲ੍ਹ ਗਏ ਕਿਤੇ ਇਹ ਨਾ ਹੋਵੇ ਕਿ ਹਿਰਣੀ ਭੱਜ ਜੇ। ਪਰ ਉਹਨੂੰ ਇਹ ਨਹੀਂ ਸੀ ਪਤਾ ਹਿਰਣੀ ਤੇ ਉਹਦੇ ਅੱਗੇ ਬੇਨਤੀ ਕਰਦੀ ਪਈ ਹੈ ਜਿਹੜਾ ਦੋ ਨਹੀਂ ਖੋਲਦਾ ਜਿਹੜਾ ਖੋਲਣ ਤੇ ਆਏ ਤੇ ਚਾਰੇ ਦੇ ਚਾਰੇ ਹੀ ਖੋਲ ਦਿੰਦਾ ਜੇ। ਗੁਰਸਿੱਖੋ ਉਸ ਵੇਲੇ ਸ਼ਿਕਾਰੀ ਨੇ ਸੋਚਿਆ ਹਿਰਣੀ ਭੱਜ ਨਾ ਜਾਏ ਤੇ ਉਹਨੇ ਇੱਕਦਮ ਆਪਣੀ ਬੰਦੂਕ ਨੂੰ ਸਾਵਧਾਨਤਾ ਵਿੱਚ ਕੀਤਾ ਅਤੇ ਜਿਵੇਂ ਉਹਨੇ ਬੰਦੂਕ ਦਾ ਟਰਿਗਰ ਦਬਾਇਆ ਉਹਦੇ ਪੈਰ ਤੇ ਸੱਪ ਨੇ ਡੰਗ ਮਾਰਿਆ ਉਹਦਾ ਨਿਸ਼ਾਨਾ ਚੁੱਕ ਕੇ ਸਾਹਮਣੇ ਕੁੱਤੇ ਨੂੰ ਲੱਗ ਗਿਆ। ਸ਼ਿਕਾਰੀ ਵੀ ਮਰ ਗਿਆ ਕੁੱਤਾ ਵੀ ਮਰ ਗਿਆ ਜਾਲ ਵੀ ਸੜ ਗਿਆ ਤੇ ਅੱਗ ਵੀ ਬੁਝ ਗਈ ਤੇ ਉਹਨੇ ਚਾਰੇ ਬੰਨੇ ਵੇਖਿਆ ਚਾਰੇ ਦੇ ਚਾਰੇ ਖੁੱਲ ਗਏ। ਸਿੱਖਾ ਤੂੰ ਅੰਮ੍ਰਿਤ ਵੇਲਾ ਸਾਂਭੀ ਗੁਰੂ ਨਾਨਕ ਵੀ ਤੇਰੇ ਚਾਰੇ ਦੇ ਚਾਰੇ ਖੋਲ ਦੇਗਾ। ਗੁਰਸਿੱਖੋ ਇਹ ਹੈ ਗੁਰੂ ਜਿਹੜਾ ਲੋਕ ਅਤੇ ਪਰਲੋਕ ਵਿੱਚ ਸਦਾ ਆਪਣੇ ਸੇਵਕ ਦੇ ਅੰਗ ਸੰਗ ਹੈ। ਤੇ ਸਾਹਿਬ ਨੇ ਫਿਰ ਅੱਗੇ ਬਚਨ ਕੀਤਾ ਹੈ ਅੰਮ੍ਰਿਤ ਨਾਮ ਪ੍ਰੈ ਪ੍ਰੀਤ ਮਨੋਹਰ ਇਹ ਹੈ ਅਘਾਵਨ ਪਾਨ ਕੋ। ਕਹਿਣ ਲੱਗੇ ਬੰਦਾ ਲੱਖ ਕਮਾਵੇ ਕਰੋੜ ਕਮਾਵੇ ਤੇ ਕਈ ਵਾਰ ਬੰਦੇ ਦੀ ਹਾਲਤ ਇੰਜ ਹੁੰਦੀ ਹੈ ਜਿਵੇਂ ਕਿਸੇ ਨੇ ਬਾਲਟੀ ਪਾਈ ਖੂਹ ਵਿੱਚ, ਖੂਹ ਵਿੱਚ ਪਾਣੀ ਬਹੁਤ ਆ ਪਰ ਬਾਲਟੀ ਦਾ ਥੱਲਾ ਕੋਈ ਨਹੀਂ। ਜਿਵੇਂ ਉਹਨੇ ਪਾਈ ਤੇ ਬਾਹਰ ਖਿੱਚੀ ਤੇ ਪਰਤ ਕੇ ਵੇਖਦਾ ਵੀ ਪਾਣੀ ਦੀ ਬੂੰਦ ਕੋਈ ਨਹੀਂ, ਫਿਰ ਪਿਆਸੇ ਦਾ ਪਿਆਸਾ। ਸਾਡੀ ਹਾਲਤ ਇਹ ਹੈ ਗੁਰਸਿੱਖੋ, ਸਾਡੇ ਘਰਾਂ ਵਿੱਚ ਲੱਖ ਰੁਪਈਏ ਨੇ, ਸਾਡੀਆਂ ਬੈਂਕਾਂ ਵਿੱਚ ਵੀ ਗੁਰੂ ਨੇ ਮਾਇਆ ਦਿੱਤੀ, ਸਾਡੇ ਘਰ ਸਾਜੋ ਸਮਾਨ ਵੀ ਦਿੱਤਾ ਪਰ ਸਾਡੇ ਅੰਦਰ ਸੰਤੋਖ ਦਾ ਥੱਲਾ ਨਹੀਂ ਤੇ ਸਾਡੀ ਅੰਦਰ ਦੀ ਪਿਆਸ ਨਹੀਂ ਬੁਝਦੀ ਪਈ। ਮੈਂ ਕਹਿੰਦਾ ਵਾ ਉਹ ਕਿਉਂ ਜੇ ਗੁਰਸਿੱਖ ਹੋਣਗੇ? ਫਰ ਖੁਸ਼ੀਅਰ ਬਾਦਸ਼ਾਹ ਜਿਸਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕਰਾਇਆ, ਜਿਸ ਵੇਲੇ 700 ਸਿੰਘਾਂ ਨੂੰ ਦਿੱਲੀ ਵਿੱਚ ਲਿਆਂਦਾ ਗਿਆ, 17 ਦਿਨ ਬਾਅਦ ਭੁੱਖੇ ਰੱਖਿਆ ਤੇ 17 ਦਿਨ ਬਾਅਦ 3 ਸਿੱਖਾਂ ਨੂੰ ਇੱਕ ਰੋਟੀ ਪਾਈ ਉਹਨਾਂ ਜ਼ਾਲਮਾਂ ਨੇ, ਇੱਕ ਬਜ਼ੁਰਗ, ਇੱਕ ਜਵਾਨ ਤੇ ਇੱਕ ਬਿਲਕੁਲ ਛੋਟਾ ਜਿਹਾ ਬੱਚਾ। ਉਹਨੇ ਜੇਲ੍ਹ ਵਿੱਚ ਇੱਕ ਟੁੱਕੜ ਪਾ ਦਿੱਤਾ ਰੋਟੀ ਦਾ ਤੇ ਫਰ ਖੁਸ਼ੀਅਰ ਕਹਿਣ ਲੱਗਾ ਮੈਂ ਵੇਖਦਾ ਵਾਂ ਭੁੱਖ ਦੇ ਬਿੱਲ ਲਾਏ ਜਿਹੜੇ ਆਪਸ ਵਿੱਚ ਕਹਿੰਦੇ ਨੇ ਕਿ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਕਹਿੰਦੇ ਇੱਕ ਦੂਜੇ ਨੂੰ ਮਾਰਨਗੇ, ਇੱਕ ਦੂਜੇ ਨੂੰ ਕੁੱਟਣਗੇ ਕਿ ਮੈਂ ਖਾਣੀ ਹੈ ਮੈਂ ਖਾਣੀ ਹੈ। ਉਹ ਸਿੱਖਾ ਤੂੰ ਮਾਣ ਕਰ ਆਪਣੇ ਬਜ਼ੁਰਗਾਂ ਤੇ। ਜਿਸ ਵੇਲੇ ਪ੍ਰਸ਼ਾਦਾ ਜੇਲ੍ਹ ਵਿੱਚ ਪਾਇਆ ਉਹ ਛੋਟੇ ਜਿਹੇ ਬੱਚੇ ਨੇ ਚੁੱਕ ਲਿਆ ਤੇ ਚੁੱਕ ਕੇ ਖਾਣ ਲੱਗਿਆ ਪਰ ਉਹਨੇ ਖਾਧਾ ਨਹੀਂ। ਕਹਿਣ ਲੱਗਾ ਮੈਂ ਤੇ ਅਜੇ ਛੋਟਾ ਵਾਂ, ਮੈਨੂੰ ਸਿੱਖੀ ਬਾਰੇ ਕੋਈ ਗਿਆਨ ਨਹੀਂ ਹੈ ਤੇ ਮੈਂ ਜੀ ਕੇ ਵੀ ਕੀ ਬਹੁਤਾ ਕਰਾਂਗਾ। ਉਹਨੇ ਜਵਾਨ ਨੂੰ ਦੇ ਦਿੱਤਾ ਕਿ ਵੀਰਿਆ ਤੂੰ ਤਾਕਤਵਰ ਹੋ, ਤੂੰ ਇਹਨਾਂ ਜ਼ਾਲਮਾਂ ਨਾਲ ਲੜੀ, ਤੈਨੂੰ ਪ੍ਰਸ਼ਾਦੇ ਦੀ ਲੋੜ ਆ। ਜਿਸ ਵੇਲੇ ਪ੍ਰਸ਼ਾਦਾ ਜਵਾਨ ਵੱਲ ਆਇਆ ਜਵਾਨ ਨੇ ਬਜ਼ੁਰਗ ਨੂੰ ਦੇ ਦਿੱਤਾ, ਬਜ਼ੁਰਗੋ ਬਜ਼ੁਰਗ ਕੌਮ ਦਾ ਸਰਮਾਇਆ ਹੁੰਦੇ ਨੇ, ਤੁਹਾਡੇ ਕੋਲ ਤਜ਼ਰਬਾ ਹੈ ਸਿੱਖੀ ਹੈ, ਮੇਰੇ ਡੋਲਿਆਂ ਵਿੱਚ ਤੇ ਤਾਕਤ ਹੈ, ਮੈਂ ਤੇ ਅਜੇ 10-20 ਦਿਨ ਇੰਜ ਕੱਢ ਲਵਾਂਗਾ, ਬਜ਼ੁਰਗੋ ਪ੍ਰਸ਼ਾਦਾ ਤੁਸੀਂ ਛਕੋ। ਤੇ ਉਹ ਜਿਸ ਵੇਲੇ ਬਜ਼ੁਰਗ ਦੇ ਹੱਥ ਆਇਆ ਬਜ਼ੁਰਗ ਨੇ ਫਿਰ ਬੱਚੇ ਨੂੰ ਦੇ ਦਿੱਤਾ,
ਪਰ ਖੁਸ਼ੀਅਰ ਦੀ ਹਾਏ ਨਿਕਲ ਗਈ। ਕਹਿਣ ਲੱਗਾ 17 ਦਿਨ ਬਾਅਦ ਜਿਸ ਖਾਲਸੇ ਨੂੰ ਇੱਕ ਰੋਟੀ ਦਾ ਟੁੱਕ ਮਿਲੇ ਉਹ ਰੋਟੀ ਨੂੰ ਵੰਡਦਾ ਰਵੇ, ਪਰ ਖੁਸ਼ੀਅਰ ਵਰਗੇ ਤੇਰੇ ਵਰਗੇ ਆਣੇ ਬੰਦ ਹੋ ਜਾਣਗੇ, ਪਰ ਇਹ ਕਲਗੀ ਵਾਲੇ ਦੀ ਕੌਮ ਨੂੰ ਕਦੇ ਕੋਈ ਮੁਕਾ ਨਹੀਂ ਜੇ ਸਕੇਗਾ। ਗੁਰਸਿੱਖੋ, ਇਹ ਅੰਦਰ ਦੀ ਤ੍ਰਿਪਤੀ ਹੈ। ਇਹ ਤ੍ਰਿਪਤੀ ਫਿਰ ਫਰਖੁਸ਼ੀਅਰ ਨੇ ਪੁੱਛਿਆ ਕਿੱਥੋਂ ਆਈ, ਤੇ ਉਹਨਾਂ ਫਿਰ ਜ਼ਿਕਰ ਕੀਤਾ ਕਿ ਕਲਗੀ ਵਾਲਾ ਸਾਨੂੰ ਅੰਮ੍ਰਿਤ ਵੇਲੇ ਦਾ ਨਿਤਨੇਮ ਦੇ ਗਿਆ ਹੈ, ਕਲਗੀ ਵਾਲਾ ਸਾਡੇ ਅੰਦਰ 5 ਘੁੱਟਾਂ ਪਾ ਗਿਆ ਹੈ। ਬਸ ਉਹਨੇ ਐਸੀ ਤ੍ਰਿਪਤੀ ਦੇ ਦਿੱਤੀ ਹੈ ਕਿ ਸਰੀਰ ਭਾਵੇਂ ਚੱਲਿਆ ਜਾਏ ਪਰ ਅੰਦਰੋਂ ਸਿੱਖੀ ਨਹੀਂ ਜਾਣੀ ਚਾਹੀਦੀ। ਗੁਰਸਿੱਖੋ, ਕਦੇ ਜਿਸ ਵੇਲੇ ਤੁਸੀਂ ਘੜਾ ਖਰੀਦਦੇ ਹੋ ਨਾ, ਆਮ ਕਰਕੇ ਜਦੋਂ ਬਾਜ਼ਾਰਾਂ ਵਿੱਚ ਲੋਕ ਘੜਾ ਖਰੀਦਦੇ ਨੇ ਤੇ ਜੇ ਤਾਂ ਪਾਣੀ ਵਿੱਚ ਟਿਕ ਜੇ ਤੇ ਸਮਝ ਲੈਣਾ ਕਿ ਘੜਾ ਪੱਕਾ। ਜਿਸ ਵੇਲੇ ਘੜੇ ਵਿੱਚੋਂ ਪਾਣੀ ਰਿਸਣਾ ਸ਼ੁਰੂ ਹੋ ਜੇ ਸਮਝ ਲੈਣਾ ਘੜਾ ਕੱਚਾ। ਜਿਸ ਸਿੱਖ ਦੇ ਅੰਦਰ ਬਾਣੀ ਨਾ ਟਿਕੇ ਉਹ ਸਿੱਖ ਕੱਚਾ, ਤੇ ਜਿਹੜਾ ਬਾਣੀ ਅੰਦਰੋਂ ਟਿਕਾ ਲਵੇ ਉਹ ਸਿੱਖ ਅੱਜ ਵੀ ਪੱਕਾ ਤੇ ਕੱਲ ਵੀ ਪੱਕਾ। ਕਿਉਂਕਿ ਅਸੀਂ ਗੁਰੂ ਨਾਲ ਅੰਦਰੋਂ ਪ੍ਰੇਮ ਕਰਨੇ ਆ। ਸਾਹਿਬ ਨੇ ਪੰਕਤੀ ਦਿੱਤੀ ਹੈ ਕਿ ਅੰਮ੍ਰਿਤ ਨਾਮ ਪ੍ਰਿਆ ਪ੍ਰੀਤ ਮਨੋਹਰ। ਅੰਦਰ ਦੀ ਪ੍ਰੀਤ ਜਦੋਂ ਅਸੀਂ ਗੁਰੂ ਨੂੰ ਕਰਾਂਗੇ ਨਾ, ਗੁਰਸਿੱਖੋ, ਗੁਰੂ ਨੇ ਕਿਹੜੀ ਐਸੀ ਚੀਜ਼ ਹੈ ਜਿਹੜੀ ਕੋਲ ਰੱਖ ਲਈ? ਮੈਂ ਕਹਿੰਦਾ ਵਾ, ਹਰ ਬੰਦਾ ਆਪਣੀ ਔਲਾਦ ਨੂੰ ਬਚਾਉਂਦਾ ਹੈ ਜਾਂ ਔਲਾਦ ਵਾਸਤੇ ਬਚਾਉਂਦਾ ਹੈ। ਕਲਗੀ ਵਾਲਿਆ, ਨਾ ਤੂੰ ਔਲਾਦ ਬਚਾਈ ਨਾ ਔਲਾਦ ਵਾਸਤੇ ਬਚਾਇਆ, ਸਾਡੇ ਉੱਤੇ ਸਭ ਕੁਝ ਕੁਰਬਾਨ ਕਰ ਦਿੱਤਾ ਤੇ ਸਾਡਾ ਅੰਦਰੋਂ ਫਰਜ਼ ਹੈ ਅਸੀਂ ਗੁਰੂ ਨੂੰ ਪ੍ਰੇਮ ਕਰੀਏ। ਇੱਕ ਸੰਤ ਮਹਾਂਪੁਰਖ, ਉਹਨਾਂ ਦੇ ਹੱਥ ਵਿੱਚ ਇੱਕ ਛਤਰੀ ਅਤੇ ਇੱਕ ਛੋਟਾ ਜਿਹਾ ਦੁਸਾਲਾ, ਉਹ ਪਹਾੜ ਦਾ ਰਸਤਾ ਉੱਪਰ ਚੜ੍ਹੀ ਜਾਣ ਥੋੜ੍ਹੀ ਦੂਰ ਜਾ ਕੇ ਥੱਕ ਗਏ ਤੇ ਖੜ ਗਏ, ਤੇ ਥੋੜ੍ਹੀ ਦੇਰ ਬਾਅਦ ਇੱਕ ਬੱਚੀ ਉੱਪਰ ਆਈ, 10 ਸਾਲਾਂ ਦੀ ਬੱਚੀ, ਉਹਦੇ ਗੋਦ ਵਿੱਚ 2 ਸਾਲਾਂ ਦਾ ਉਹਦਾ ਭਰਾ, ਤੇ ਉਹ ਬੱਚੀ ਵੀ ਸੰਤ ਜੀ ਨਾਲ ਚੱਲੀ ਜਾਏ, ਪਰ ਉਹ ਥੱਕੀ ਨਹੀਂ, ਉਹ ਅਗਾਂਹ ਜਾਣ ਲੱਗੀ। ਸੰਤ ਜੀ ਨੇ ਉਹਨੂੰ ਰੋਕਿਆ, ਕਹਿਣ ਲੱਗੇ, ਧੀਏ, ਮੈਂ ਵੀ ਸਮਾਨ ਚੁੱਕਿਆ, ਤੂੰ ਵੀ ਚੁੱਕਿਆ ਹੈ, ਮੈਂ ਤੇ ਥੱਕ ਗਿਆ ਵਾਂ, ਤੂੰ ਨਹੀਂ ਥੱਕੀ? ਬਹੁਤ ਧਿਆਨ ਵੀ ਸੁਣਿਓ। ਸੰਤ ਜੀ ਕਹਿਣ ਲੱਗੇ, ਮੈਂ ਵੀ ਸਮਾਨ ਚੁੱਕਿਆ ਹੈ, ਤੂੰ ਵੀ ਚੁੱਕਿਆ ਹੈ, ਮੈਂ ਤੇ ਥੱਕ ਗਿਆ ਵਾਂ, ਤੂੰ ਨਹੀਂ ਥੱਕੀ? ਅੱਗੋਂ ਉਸ ਬੱਚੀ ਨੇ ਕਿਹਾ, ਕਹਿਣ ਲੱਗੀ, ਸੰਤ ਜੀ, ਤੁਸੀਂ ਸਮਾਨ ਚੁੱਕਿਆ ਹੈ, ਮੈਂ ਆਪਣਾ ਭਰਾ ਚੁੱਕਿਆ ਹੈ, ਮੈਂ ਸਮਾਨ ਨਹੀਂ ਚੁੱਕਿਆ, ਇਸ ਭਰਾ ਦੇ ਨਾਲ ਮੇਰਾ ਪ੍ਰੇਮ ਆ। ਜਿਹੜੇ ਸਿੱਖੀ ਨੂੰ ਸਮਾਨ ਸਮਝਦੇ ਨੇ ਉਹ ਕਸ਼ਹਿਰਾ ਪਾ ਕੇ, ਗਾਤਰਾ ਪਾ ਕੇ, ਪਗੜੀ ਧਰ ਕੇ ਉਹ ਤੇ ਥੱਕ ਜਾਂਦੇ ਨੇ, ਪਰ ਜਿਹੜੇ ਕਲਗੀ ਵਾਲੇ ਨੂੰ ਆਪਣਾ ਪਿਆਰ ਸਮਝਦੇ ਨੇ ਉਹ ਫਿਰ ਕਦੇ ਕਕਾਰਾਂ ਨੂੰ ਰੱਖਦਿਆਂ ਥੱਕਦੇ ਨਹੀਂ। ਸਗੋਂ ਭਾਈ ਦਇਆ ਸਿੰਘ ਨੇ ਜਿਵੇਂ ਪੁੱਛਿਆ ਸੀ ਨਾ ਕਿ ਹੇ ਕਲਗੀ ਵਾਲਿਆ, ਇਹ 5 ਘੁੱਟ ਸਾਡੇ ਮੂੰਹ ਵਿੱਚ ਕਿਉਂ ਪਾਏ, ਤੇ ਕਲਗੀ ਵਾਲੇ ਨੇ ਕਿਹਾ, ਜਦੋਂ ਬੋਲੇ ਗੁਰੂ ਕੀ ਬਾਣੀ ਬੋਲੀ। ਸੱਚੇ ਪਾਤਸ਼ਾਹ, ਆ ਤੁਸੀਂ 5 ਨੇਤਰਾਂ ਵਿੱਚ ਪਾਏ ਛਿੱਟੇ ਕਿਉਂ? ਸਾਹਿਬ ਕਹਿਣ ਲੱਗੇ, ਜਿੱਥੇ ਵੇਖੇਗਾ ਕਲਗੀ ਵਾਲਾ ਨਜ਼ਰ ਆਏਗਾ। ਸਾਹਿਬ ਜੀ, ਆ 5 ਛਿੱਟੇ ਮੇਰੇ ਕੇਸਾਂ ਵਿੱਚ ਪਾਏ ਕਿਉਂ? ਸਾਹਿਬ ਜੀ ਕਹਿਣ ਲੱਗੇ, ਇਹ ਮੈਂ ਤੇਰੇ ਸਿਰ ਵਿੱਚ ਤਾਂ ਪਾਏ ਨੇ, ਇਹ ਤੇਰਾ ਸਿਰ ਕੱਟ ਤੇ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਚੋਕ ਨਹੀਂ ਜੇ ਸਕਦਾ। ਗੁਰਸਿੱਖੋ, ਇਸ ਤਰ੍ਹਾਂ ਅਗਰ ਅੰਦਰ ਨੂੰ ਪ੍ਰੇਮ ਕਰੋਗੇ ਨਾ ਤੇ ਫਿਰ ਗੁਰੂ ਕੋਈ ਦਾਤ ਲੁਕਾਉਣ ਵਾਲਾ ਨਹੀਂ। ਜਿਹੜੀ ਸਾਹਿਬ ਦੀ ਵਸਤੂ ਹੈ ਉਹ ਸੇਵਕ ਕੋਲ ਆ ਕੇ ਰਹਿੰਦੀ ਹੈ। ਸਾਰੀਆਂ ਦਾਤਾਂ ਗੁਰੂ ਸਾਡੀ ਝੋਲੀ ਪਾ ਗਿਆ ਤੇ ਸਾਰੀਆਂ ਦਾਤਾਂ ਅਸੀਂ ਅਪਣਾ ਵੀ ਲਈਆਂ। ਬਸ ਇੱਕ ਦਾਤ ਨੂੰ ਅਪਣਾ ਲਈਏ, ਉਹ ਦਾਤ ਹੈ ਸਤਨਾਮ ਸ੍ਰੀ ਵਾਹਿਗੁਰੂ। ਅਕਾਲ ਮੂਰਤ ਹੈ ਸਾਧ ਸੰਤਨ ਕੀ, ਠਾਹਰ ਨੀਕੀ ਧਿਆਨ ਕੋ। ਅਕਾਲ ਮੂਰਤ ਦਾ ਅਰਥ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ। ਤੁਹਾਨੂੰ ਗੁਰੂ ਅਰਜੁਨ ਦੇਵ ਪਿਤਾ ਜੀ ਕਹਿ ਰਹੇ ਨੇ ਕਿ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ
अगर कोई सब तो चंगी दात है ते वो दात है गुरु की साध संगत। गुरु दी संगत तो बिना कोई मनुख कवे के मैनू प्रभु दी प्राप्ति हो जे। ते बाणी ने जिक्र कीता है कि जिन किनी पाया साध संगती। अज तक जिसनू भी रब दी प्राप्ति हुई है गुरसिखो, ए था ऐसी है जिन मानस ते देवते किए करत ना लागी वार। साध संगत ऐसी था है जदों ऐथे कोई आया ते देवियां दा पुजारी सी, जदों ऐथे टिकया ते गुरु अंगद साहिब बनया, जदों ऐथे कोई आया ते न्यासरा जेठा सी, जिस वेले ऐथे टिकया धन गुरु रामदास बनया, जिस वेले कोई ऐथे आया ते चोर सी, जदों ऐथे टिकया ते बिधी चंद छीना गुरु का सीना बनया, जदों कोई ऐथे आया ते माधो दास बैरागी सी, जदों ऐथे टिकया ते बंदा सिंह बहादुर बनया। मैं कहना एक ज्योतिषी ने बड़ा प्यारा जिक्र किया। ज्योतिषी कहन लगा मैं सारी दुनिया दे हाथ वेख सकना वा, मैं संगत करन वाले सिखां दे हाथ नहीं वेख सकदा। लोकां ने पुछया, कहन लगे साधु जी ज्योतिष जी तुसा सारिया दे हाथ वेख सकदे हो पर तुसी संगत करन वाले सिखां दे हाथ क्यों नहीं वेख सकदे। उन्हां जिक्र कीता, कहन लगा मेरा गणित उथे फेल हो जांदा है जिस वेले मैं उन्हां दे हाथ वेखना वा। पुछण वाले आ पुछया, कहंदे ने ज्योतिषी जी सारी दुनिया नू वेखदे आ तुहाडा गणित नहीं फेल होया, सिखां नू वेख के तुहाडा गणित किंज फेल हो गया। तो उस ज्योतिष ने बड़ा प्यारा जिक्र किया, कहन लगा मैं इन्हां सिखां दे हाथ की वेखां। कहंदे जिस वेले जांदे ने उस वेले हाथ कुछ होर होंदे ने, जिस वेले संगत दी धूड़ इन्हां दे मत्थे नूं लग जांदी है इन्हां सिखां दे हत्थां दीआं लकीरां ही बदल जांदीआं ने। यह है असल विच संगत दा प्रताप। ते भाई गुरदास नूं पढ़ो, उन्हां बड़ा प्यारा जिक्र कीता। कहंदे एक दिन नारद मुनि खोज रहे ने भगवान नूं परमेश्वर नूं, ते उन्हां किसे नूं पुछिया जी परमेश्वर नूं वेख्या है? वह कहण लगे हुणे इत्थे टहलदे सन, पता नहीं किहड़े पासे निकले, दूजे बन्ने पानी दे कंडे पहुंचे। नारद ने फिर पुछिया जी प्रभु वेखे ने? कहंदे हुणे ही इत्थे सन, लगदा है महलां नूं गए ने। तीजी वार जदों महलां विच वेख्या ते प्रभु उत्थे भी नहीं। ते उस वेले भाई गुरदास ने बड़ा प्यारा चित्र खिंचिया, कहंदे नारद नूं पूरा दिन प्रभु मिले नहीं, अगले दिन जदों प्रभु दे दीदार होए ना ते प्रभु ने फिर जिक्र कीता, मिले बड़े प्यार नाल। नारद ने मत्था टेकिया, नारद कहन लग्या भगवन कल पूरा दिन तुसा नू लभदा रहा पर तुसी दिखे नहीं, मैं तुहानू पानी दे कंडे वेख्या, मैं तुहानू बाग विच वेख्या, मैं तुहानू महलां विच वेख्या, मैनू तुसी किते नजर ना आए, झलकारा तुहाडा जरूर पैंदा सी पर जदों पैंदा सी तुसी विच्चों गायब हो जांदे सौ, ते तुसी किथे सौ? उस वेले कहंदे परमात्मा ने एक जिक्र कीता, कहंदे नारदा इन्हां कच्चियां गल्लां नूं छड्ड, जे मेरे चवी दे चवी घंटे किते दर्शन करने चाहना है वो है गुरु की संगत। बाग विच मैं मिला भावे ना मिला, नदी किनारे मैं मिला भावे ना मिला, पर गुरु की संगत विच मैं तैनू हर वेले तर तक दर्शन देंगा। यह है गुरु की संगत। तुसी रात वेले आजो, दिन वेले आजो। कई तर्कवादी कहंदे ने जिस वेले बाबा जी का सुखासन होंदा है ना, कई कह देंदे नौ जी पालकी नू कल्ले मत्था टेकने पए आ। नहीं जी, कल्ला पालकी नू मत्था नहीं टेकना जी, गुरु ग्रंथ साहिब जी ते इत्थे है नहीं। मैं कहना वा गुरु पर तक टिकया होया जे जेड़ा कोई तर्क करदा है ना, ते दास अक्सर एक बेनती करदा है श्री हरमंदर साहिब जी विखे तकरीबन दो दहाके प्रकाश नहीं सी होया श्री गुरु ग्रंथ साहिब जी दा, ता भी भाई सुखा सिंह महताब सिंह वर्गे उते मौत नू आप अपने अंदर टिका के, भाव मौत दे सामने खड़ खड़ के उते मत्था टेक के जांदे सन। कोई कवे जी एथे ते प्रकाश नहीं,
ਉਹਨਾਂ ਕਹਿਣਾ ਨਹੀਂ ਇਹ ਗੁਰੂ ਰਾਮਦਾਸ ਦੀ ਥਾਂ ਹੈ, ਜਿੱਥੇ ਇੱਕ ਦਿਨ ਵੀ ਮੇਰਾ ਗੁਰੂ ਟਿਕ ਜਾਏ ਉਹ ਜੁਗਾ ਜੁਗਾ ਤੱਕ ਥਾਂ ਅਟਲ ਹੋ ਜਾਂਦੀ ਹੈ, ਜਿੱਥੇ ਇੰਨੇ ਸਾਲ ਬਾਣੀ ਪੜੀ ਗਈ ਹੋਵੇ ਉਹ ਅਸਥਾਨ ਜੁਗੋ ਜੁਗ ਅਟਲ ਆ। ਕਦੇ ਇਹ ਤਰਕ ਵਿੱਚ ਨਾ ਪਿਆ ਕਰੋ ਜੀ ਰਾਤ ਦੇ 11 ਵਜੇ ਆਏ ਆ ਬਾਬਾ ਜੀ ਦਾ ਪ੍ਰਕਾਸ਼ ਨਹੀਂ, ਮੈਂ ਕਹਿੰਦਾ ਇਸ ਅਸਥਾਨ ਤੇ ਮੱਥਾ ਟੇਕ ਦਿਓ, ਗੁਰੂ ਰਾਤ ਦੇ 11 ਵਜੇ ਵੀ ਤੁਹਾਡੀ ਅਰਦਾਸ ਨੂੰ ਪ੍ਰਵਾਨ ਕਰੇਗਾ। ਸਦ ਬਖਸ਼ਿੰਦ, ਸਦਾ ਮਿਹਰਬਾਨਾ ਤੇ ਸਦਾ ਦੇ ਅੰਦਰ ਰਾਤ ਦੇ 12 ਵਜੇ ਵੀ ਆ ਜਾਂਦਾ ਹੈ ਕਿ ਰਾਤ ਦੇ 12 ਵਜੇ ਸਿੱਖ ਅਰਦਾਸ ਕਰੇ, ਪਰਮਾਤਮਾ ਗੁਰੂ ਸਦਾ ਹੀ ਮਿਹਰਬਾਨ ਹੈ। ਸਾਹਿਬ ਜੀ ਕਹਿਣ ਲੱਗੇ ਅਕਾਲ ਮੂਰਤ ਨੂੰ ਪ੍ਰਾਪਤ ਕਰਨ ਦਾ ਵੱਡਾ ਅਸਥਾਨ ਕੇਵਲ ਗੁਰੂ ਕੀ ਸੰਗਤ ਹੈ। ਗੁਰਸਿੱਖੋ, ਜਿਸ ਨੇ ਗੁਰੂ ਕੀ ਸੰਗਤ ਕਰ ਲਈ ਨਾ, ਮਹਾਰਾਜ ਨੇ ਜ਼ਿਕਰ ਕੀਤਾ, ਭਾਈ ਗੁਰਦਾਸ ਨੇ 4 ਗੱਲਾਂ ਕਹੀਆਂ। ਅਸੀਂ ਕਹਿੰਦੇ ਹਾਂ ਲਓ ਜੀ ਇੰਨੇ ਘੰਟੇ ਸੰਗਤ, ਕੋਈ ਕਹਿੰਦਾ ਜੀ ਏਡੇ ਘੰਟੇ ਸੰਗਤ। ਭਾਈ ਗੁਰਦਾਸ ਜੀ ਨੂੰ ਸੁਣੋ, ਉਹਨਾਂ ਬੜਾ ਪਿਆਰਾ ਜ਼ਿਕਰ ਕੀਤਾ, ਕਹਿਣ ਲੱਗੇ ਬੇੜੀ ਦੇ ਅੰਦਰ 1000 ਬੰਦੇ ਬੈਠੇ ਤੇ ਬੇੜੀ ਜਦੋਂ ਪਾਣੀ ਵਿੱਚ ਚੱਲ ਰਹੀ ਹੈ ਨਾ, ਸਾਰੀ ਬੇੜੀ ਪਾਣੀ ਵਿੱਚ ਹੈ। ਜਿਹੜੇ ਲੋਕ ਬੋਟਿੰਗ ਕਰਦੇ ਨੇ ਨਾ ਉਹਨਾਂ ਨੂੰ ਪਤਾ ਹੋਏਗਾ ਕੇਵਲ 4 ਕੁ ਉਂਗਲਾਂ ਉੱਪਰ ਹੁੰਦੀ ਹੈ, ਬਾਕੀ ਸਾਰੀ ਬੇੜੀ ਪਾਣੀ ਵਿੱਚ ਹੁੰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਐਡੀ ਬੇੜੀ ਪਾਣੀ ਵਿੱਚ ਕੱਲੀ 4 ਉਂਗਲਾਂ ਉੱਪਰ ਹੈ, ਪਰ ਉਹਨਾਂ 4 ਉਂਗਲਾਂ ਦਾ ਸਦਕਾ ਉਹ ਹਜ਼ਾਰੇ ਬੰਦਿਆਂ ਨੂੰ ਪਾਰ ਕਰ ਦਿੰਦੀ ਹੈ। ਸਿੱਖਾ, ਕਿਤੇ ਤੂੰ 4 ਘੜੀਆਂ ਹੀ ਗੁਰੂ ਦੇ ਚਰਣਾਂ ਵਿੱਚ ਟਿਕ ਜਾਏ ਤੇ ਤੇਰੇ ਨਾਲ ਤੇਰੇ ਪਰਿਵਾਰ ਦਾ ਬੇੜਾ ਵੀ ਗੁਰੂ ਨਾਨਕ ਪਾਰ ਕਰ ਦੇਗਾ। ਖਿਨ ਥੋੜਾ ਜਿਹਾ ਸਮਾਂ ਵੀ ਅਗਰ ਟਿਕੇ। ਭਾਈ ਸਾਹਿਬ ਜੀ ਨੇ ਦੂਜਾ ਜ਼ਿਕਰ ਕੀਤਾ, ਕਹਿੰਦੇ ਨੇ ਬੰਦਾ ਭੁੱਖਾ ਹੋਵੇ 20 ਘੰਟਿਆਂ ਦਾ, ਸਵੇਰ ਦਾ ਗਿਆ ਰਾਤ ਦਾ ਗਿਆ, ਰੋਟੀ ਕਿਤੇ ਨਾ ਮਿਲੀ ਹੋਵੇ, ਘਰ ਆ ਕੇ ਕਹਿੰਦਾ ਜੀ ਮੈਨੂੰ ਬੜੀ ਭੁੱਖ ਲੱਗੀ ਹੈ, ਪ੍ਰਸ਼ਾਦਾ ਦਿਓ। ਘਰ ਵਾਲੀ ਨੇ ਪ੍ਰਸ਼ਾਦਾ ਤਿਆਰ ਕੀਤਾ, ਜਿਹੜਾ 20 ਘੰਟੇ ਦਾ ਭੁੱਖਾ ਸੀ ਨਾ ਉਹਨੇ ਪ੍ਰਸ਼ਾਦਾ ਛਕਿਆ ਕਿੱਲੇ 10 ਮਿੰਟਾਂ ਵਿੱਚ, ਤੇ 20 ਘੰਟੇ ਦੀ ਭੁੱਖ 10 ਮਿੰਟਾਂ ਦੇ ਅੰਦਰ ਸਮਾਪਤ ਹੋ ਗਈ। ਸਾਹਿਬ ਜੀ ਕਹਿੰਦੇ ਨੇ ਸਿੱਖਾ ਤੂੰ 24 ਘੰਟਿਆਂ ਦਾ ਭੁੱਖਾ ਹੋਵੇਂ ਨਾਮ ਤੋਂ, ਕਿਤੇ 10 ਮਿੰਟ ਇੱਕ ਸ਼ਬਦ ਹੀ ਗੁਰੂ ਦਾ ਸੁਣ ਲਵੇ ਤੇ ਤੇਰੀ ਅੰਦਰੋਂ ਤ੍ਰਿਪਤੀ ਗੁਰੂ ਕਾ ਸ਼ਬਦ ਕਰਾ ਦੇਗਾ। ਤੀਜੀ ਗੱਲ, ਬੰਦਾ 90 ਸਾਲਾਂ ਦਾ ਹੋਵੇ ਤੇ ਹੋਵੇ ਬਿਲਕੁਲ ਗਰੀਬ, ਰੋਟੀ ਪਾਣੀ ਨਾ ਚੱਲਦਾ ਹੋਵੇ, ਅਚਾਨਕ ਕਹਿੰਦੇ ਨੇ ਰਾਜੇ ਕੋਲ ਗਿਆ, ਰਾਜੇ ਨੂੰ ਬੇਨਤੀ ਕੀਤੀ ਹਜ਼ੂਰ ਮੈਂ 90 ਸਾਲਾਂ ਦਾ ਵਾਂ, ਪਹਿਲਾਂ ਬੱਚੇ ਪਾਲੇ, ਹੁਣ ਪੋਤੇ ਪੋਤੀ ਪਾਲਦਾ ਪਿਆ ਵਾਂ, ਤੇ ਮੇਰੇ ਕੋਲੇ ਹੈ ਕੁਝ ਨਹੀਂ ਖਾਣ ਪੀਣ ਨੂੰ। ਰਾਜਾ ਕਿਤੇ ਚੰਗੇ ਸੁਭਾਅ ਵਿੱਚ ਬੈਠਾ ਸੀ, ਉਹਨੇ ਮੋਹਰਾਂ ਦੀਆਂ ਥੈਲੀਆਂ ਦੇ ਦਿੱਤੀਆਂ ਤੇ ਕਿਹਾ ਬਜ਼ੁਰਗੋ ਜਦੋਂ ਤੱਕ ਜੀਂਦੇ ਹੋ ਰੱਜ ਰੱਜ ਖਾਓ। ਕਹਿੰਦੇ ਬੇਨਤੀ ਕੀਤੀ ਕੇਵਲ 2 ਮਿੰਟ ਦੀ ਤੇ 90 ਸਾਲਾਂ ਦੀ ਦਰਿਦਰਤਾ ਮਿਟਾ ਦਿੱਤੀ, ਤੂੰ ਖਿਨ 2 ਮਿੰਟ ਦੀ ਅਰਦਾਸ ਕਰ, ਗੁਰੂ ਜਨਮਾਂ ਜਨਮਾਂ ਦੀ ਗਰੀਬੀ ਤੇਰੀ ਕੱਟ ਕੇ ਰੱਖ ਦੇਗਾ। ਇਹ ਸੰਗਤ ਦਾ ਪ੍ਰਤਾਪ ਆ। ਇਸ ਕਰਕੇ ਸਾਹਿਬ ਕਹਿੰਦੇ ਨੇ ਠਾਹਰ ਨੀਕੀ ਧਿਆਨ ਕੋ, ਰੱਬ ਦਾ ਧਿਆਨ ਲਗਾਉਣ ਵਾਸਤੇ ਸਭ ਤੋਂ ਚੰਗੀ ਅਗਰ ਥਾਂ ਹੈ ਤੇ ਉਹ ਕੇਵਲ ਗੁਰੂ ਨਾਨਕ ਕੀ ਸੰਗਤ ਹੈ। ਸੰਗਤ ਵਿੱਚ ਆ ਕੇ ਥੋੜਾ ਸਮਾਂ ਟਿਕਿਓ। ਕਈ ਵਾਰ ਕਹਿੰਦੇ ਆ ਜੀ ਸਾਨੂੰ ਬਾਣੀ ਦਾ ਅਰਥ ਨਹੀਂ ਸਮਝ ਲੱਗਿਆ, ਕਈ ਵਾਰ ਕਹਿੰਦੇ ਆ ਇਹ ਪੰਕਤੀ ਦੇ ਸਾਨੂੰ ਅਰਥ ਨਹੀਂ ਸਮਝ ਲੱਗੇ, ਔਖੀ ਬਾਣੀ ਸੀ ਇਹ ਪੰਕਤੀ ਸਾਨੂੰ ਸਮਝ ਨਹੀਂ ਆਈ। ਮੈਂ ਕਹਿੰਦਾ ਗੁਰੂ ਹਰਿ ਰਾਏ ਸਾਹਿਬ ਜੀ ਨੇ ਸਾਡਾ ਇਹ ਵੀ ਅੰਦਰ ਦਾ ਭਰਮ ਕੱਟਿਆ ਹੈ। ਸਾਹਿਬ ਕਹਿੰਦੇ ਨੇ ਤੂੰ ਪਿਆਰ ਵਿੱਚ ਟਿਕ, ਕਈ ਵਾਰ ਅਗਰ ਤੈਨੂੰ ਸਮਝ ਨਾ ਵੀ ਲੱਗੇ ਤਾਂ ਵੀ ਤੇਰਾ ਬੋਲਿਆ ਹੋਇਆ ਪ੍ਰਵਾਨ ਆ, ਤੇਰਾ ਸੁਣਿਆ ਹੋਇਆ ਪ੍ਰਵਾਨ ਆ। ਮਹਾਰਾਜ ਕਿਵੇਂ ਧੰਨ, ਗੁਰੂ ਹਰਿ ਰਾਏ ਸਾਹਿਬ ਨੇ ਵੇਖਿਆ ਇੱਕ ਮੱਟੀ ਦਾ ਭਾਂਡਾ ਚਮਕ ਰਿਹਾ ਹੈ। ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਇਹਨੂੰ ਚੁੱਕ ਕੇ ਲਿਆਓ। ਸਾਹਿਬ ਜੀ ਕਹਿਣ ਲੱਗੇ ਇਹ ਤਾਂ ਹੀਰੇ ਵਾਂਗੂ ਚਮਕ ਰਿਹਾ, ਇਹ ਹੀਰਾ ਹੈ? ਕਹਿੰਦੇ ਨਹੀਂ ਸੱਚੇ ਪਾਤਸ਼ਾਹ, ਇਹ ਹੀਰਾ ਨਹੀਂ, ਅਸਲ ਵਿੱਚ ਇਹ ਮੱਟੀ ਦਾ ਭਾਂਡਾ ਹੈ। ਉਹ ਮੱਟੀ ਦਾ ਭਾਂਡਾ ਜਿਸ ਵਿੱਚ ਲਗਾਤਾਰ 10 ਸਾਲ ਤੱਕ ਦੁੱਧ ਰਿੜਕਿਆ ਗਿਆ। ਕਹਿੰਦੇ ਫਿਰ ਚਾਟੀ ਨੇ ਦੁੱਧ ਪੀਤਾ? ਕਹਿੰਦੇ ਪੀਤਾ ਤੇ ਨਹੀਂ,
ਪਰ ਮੱਖਣ ਦੀ ਸੰਗਤ ਐਨੇ ਕੀਤੀ ਹੈ ਤੇ ਮੱਖਣ ਇਸ ਵਿੱਚ ਰਚ ਗਿਆ ਹੈ। ਮੈਂ ਕਹਿੰਦਾ ਵਾਂ ਕਈ ਵਾਰ ਸਮਝ ਨਾ ਵੀ ਆਵੇ, ਤੁਸੀਂ ਰੋਜ਼ ਸੰਗਤ ਕਰੋ, ਗੁਰੂ ਦਾ ਨਾਮ ਤੁਹਾਡੇ ਅੰਦਰ ਰਚ ਜਾਏਗਾ, ਫਿਰ ਗੁਰੂ ਸਿੱਖ ਤੇ ਸਿੱਖ ਗੁਰੂ ਦੇ ਰੂਪ ਵਿੱਚ ਇੱਕ ਮਿਕ ਹੋ ਜਾਣਗੇ। ਤੇ ਮਹਾਂਪੁਰਖ ਤੇ ਜ਼ਿਕਰ ਕਰਿਆ ਕਰਦੇ ਸਨ, ਕਿਸੇ ਕਹਿ ਦਿੱਤਾ ਮਹਾਂਪੁਰਖੋ ਆ ਜਿਹੜੇ ਲੋਕ ਸੰਗਤ ਵਿੱਚ ਆਉਂਦੇ ਨੇ ਤੇ ਕਈਆਂ ਨੂੰ ਕੁਝ ਸਮਝ ਨਹੀਂ ਲੱਗਦਾ ਤੇ ਉਹਨਾਂ ਦਾ ਆਇਆ ਪ੍ਰਵਾਨ ਆ, ਪਤਾ ਉਹਨਾਂ ਨੇ ਕੀ ਜ਼ਿਕਰ ਕਰਨਾ। ਕਹਿਣ ਲੱਗੇ ਭਾਈ ਮੈਨੂੰ ਬਹੁਤੀਆਂ ਗੱਲਾਂ ਦਾ ਤੇ ਪਤਾ ਨਹੀਂ, ਬਸ ਇੰਨਾ ਕੁ ਜਾਣਨਾ ਵਾ ਜਿਸ ਵੇਲੇ ਰੋਟੀ ਖਾ ਲਓ ਤੇ ਖਾ ਕੇ ਰੋਟੀ ਅੰਦਰ ਚਲੀ ਗਈ, ਕਿਹੜੀ ਰੋਟੀ ਦਾ ਪ੍ਰੋਟੀਨ ਬਣੇਗਾ, ਕਿਹੜੀ ਦਾ ਕੈਲਸ਼ੀਅਮ ਬਣੇਗਾ, ਕਿਹੜੀ ਨੇ ਬੋਨ ਨੂੰ ਮਜ਼ਬੂਤ ਕਰਨਾ ਹੈ। ਕਹਿੰਦੇ ਮੈਨੂੰ ਨਹੀਂ ਪਤਾ, ਬਸ ਮੈਂ ਖਾ ਲਈ ਅਗਲਾ ਕੰਮ ਪ੍ਰਭੂ ਦਾ। ਕਹਿੰਦੇ ਬਸ ਸੰਗਤ ਵਿੱਚ ਆ ਜਾਓ, ਅਗਲਾ ਕੰਮ ਗੁਰੂ ਦਾ ਉਹਨੇ ਆਪੇ ਹੀ ਕਿਰਪਾ ਕਰ ਦੇਣੀ ਜੇ। ਇਹ ਸੰਗਤ ਦਾ ਪ੍ਰਤਾਪ ਹੀ ਏਡਾ ਹੈ ਕਿ ਜਿਹੜਾ ਕੋਈ ਟੁੱਟਿਆ ਵੀ ਆਏ ਤੇ ਟੁੱਟਾ ਵੀ ਗੁਰੂ ਦੇ ਪ੍ਰੇਮ ਵਿੱਚ ਭਿੱਜੇ ਤੇ ਗੁਰੂ ਪਤਾ ਹੈ ਕੀ ਕਰਦਾ ਹੈ, ਪਿੰਗੁਲ ਪਰਬਤ ਪਾਰ ਪਰੇ, ਪਿੰਗੁਲੇ ਨੂੰ ਚੜਾ ਦਿੰਦਾ ਹੈ ਪਰਬਤ, ਖਲ ਚਤੁਰ ਬਕੀਤਾ, ਜਿਹੜਾ ਹੋਵੇ ਮੂਰਖ ਉਹਨੂੰ ਚਾਰੇ ਵੇਦਾਂ ਦਾ ਗਿਆਤਾ ਬਣਾ ਦਿੰਦਾ ਹੈ। ਗੁਰੂ ਹਰਕਿਸ਼ਨ ਸਾਹਿਬ ਨੇ ਰੱਖੀ ਸੀ ਨਾ ਛੜੀ, ਭਾਈ ਛੱਜੂ ਝੀਵਰ ਕੋਲੋਂ ਗੀਤਾ ਦੇ ਅਰਥ ਕਰਾ ਦਿੱਤੇ, ਕਿਹੜੀ ਯੂਨੀਵਰਸਿਟੀ ਪੜ੍ਹੇ ਸਨ ਉਹ, ਭਾਈ ਛੱਜੂ ਜੀ ਨੇ ਕਿਹੜਾ ਸਕੂਲ ਦਾਖਲ ਲਿਆ ਸੀ, ਕੁਝ ਨਹੀਂ ਸੀ ਲਿਆ, ਕੁਝ ਨਹੀਂ ਸੀ ਕੀਤਾ ਗੁਰਸਿੱਖੋ, ਕੇਵਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਨਜ਼ਰ ਥੱਲੇ ਆ ਗਏ ਤੇ ਚਾਰੇ ਵੇਦਾਂ ਦੇ ਗਿਆਤਾ ਬਣ ਗਏ। ਬਸ ਅਰਦਾਸ ਕਰੋ ਸਤਿਗੁਰੂ ਤੇਰੀ ਸੰਗਤ ਤੇਰੀ ਗੋਦ ਆ, ਸਾਡੇ ਤੇ ਨਜ਼ਰ ਕਰ ਦੇ, ਸਾਡੇ ਵਰਗਿਆਂ ਦਾ ਵੀ ਬੇੜਾ ਪਾਰ ਕਰ ਦੇ। ਸਾਹਿਬ ਨੇ ਫਿਰ ਜ਼ਿਕਰ ਕੀਤਾ, ਬਾਣੀ ਮੰਤਰ ਮਹਾਂਪੁਰਖ ਹਨ ਕੀ ਮਨੈ ਉਤਾਰਨ ਮਾਨ ਕੋ, ਮਹਾਂਪੁਰਖਾਂ ਦੀ ਬਾਣੀ ਐਸੀ ਹੈ ਬੰਦਾ ਸਾਰੀ ਜ਼ਿੰਦਗੀ ਹੋਂ ਹੋਂ ਕਰਦਾ ਰਵੇ, ਕਿਤੇ ਮਹਾਂਪੁਰਖਾਂ ਦਾ ਕੋਈ ਸੰਗ ਮਿਲ ਜੇ ਤੇ ਫਿਰ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ। ਜਿਸ ਵੇਲੇ ਮਹਾਂਪੁਰਖ ਕਿਤੇ ਕਿਰਪਾ ਕਰ ਦੇਣ, ਬੰਦੇ ਨੇ ਟੇਕਿਆ ਮੱਥਾ ਮਹਾਂਪੁਰਖਾਂ ਕੋਲ, ਮਹਾਂਪੁਰਖ ਕਹਿਣ ਲੱਗਿਆ ਵਾਧੂ ਦੀ ਚੀਜ਼ ਬਾਹਰ ਸੁੱਟ ਕੇ ਆ, ਉਹਨੇ ਆਪਣਾ ਬੈਗ ਰੱਖ ਦਿੱਤਾ, ਫਿਰ ਆਇਆ ਮੱਥਾ ਟੇਕਿਆ, ਕਹਿੰਦੇ ਵਾਧੂ ਦੀ ਚੀਜ਼ ਬਾਹਰ ਛੱਡ ਕੇ ਆ, ਉਹਨੇ ਜੁੱਤੇ ਉਤਾਰੇ, ਫਿਰ ਆਇਆ ਮਹਾਂਪੁਰਖ ਕਹਿਣ ਲੱਗੇ ਤੈਨੂੰ ਕਿਹਾ ਸੀ ਨਾ ਵਾਧੂ ਚੀਜ਼ ਬਾਹਰ ਸੁੱਟ, ਕਹਿੰਦੇ ਮਹਾਂਪੁਰਖੋ ਹੁਣ ਤੇ ਕੁਝ ਵੀ ਨਹੀਂ ਹੈ, ਕੱਲਾ ਮਈਓ ਆ। ਕਹਿੰਦੇ ਆ ਜਿਹੜਾ ਮੈਂ ਹੈ ਨਾ ਇਹਨੂੰ ਹੀ ਬਾਹਰ ਸੁੱਟ ਕੇ ਆ, ਜਦੋਂ ਤੀਕਰ ਮੈਂ ਰਹੇਗੀ ਉਦੋਂ ਤੀਕਰ ਤੂੰ ਨਹੀਂ ਜੇ ਟਿਕੇਗਾ। ਇਸ ਕਰਕੇ ਮਹਾਂਪੁਰਖਾਂ ਦੀ ਬਾਣੀ ਅੰਦਰ ਨੂੰ ਟਿਕਾ ਦਿੰਦੀ ਹੈ ਤੇ ਅੰਦਰ ਦੀ ਨਿਮਰਤਾ ਰੱਖਦੀ ਹੈ। ਤੇ ਅਖੀਰ ਤੇ ਫਿਰ ਸਾਹਿਬ ਕਹਿ ਰਹੇ ਨੇ ਖੋਜ ਲਇਓ ਨਾਨਕ ਸੁਖ ਥਾਨਾ, ਕਹਿੰਦੇ ਭਾਈ ਨਾਨਕ ਨੇ ਉਹ ਸੁੱਖਾਂ ਦਾ ਥਾਨ ਖੋਜ ਲਿਆ ਹੈ, ਹਰ ਨਾ ਉਹ ਥਾਨਾ ਉਹ ਅਸਥਾਨ ਖੋਜ ਲਿਆ ਹੈ, ਹਰ ਨਾਮਾ ਵਿਸ਼ਰਾਮ ਕੋ, ਕਹਿੰਦੇ ਜਿੱਥੇ ਬੰਦਾ ਨਾਮ ਨਾਲ ਜੁੜ ਕੇ ਟਿਕਾ ਵਿੱਚ ਆ ਜਾਂਦਾ ਹੈ ਉਹ ਅਸਥਾਨ ਗੁਰੂ ਕੀ ਸੰਗਤ ਹੈ ਤੇ ਉਹ ਦਾਤ ਹੈ ਪ੍ਰਭੂ ਦਾ ਨਾਮ। ਜਿਹੜਾ ਬੰਦਾ ਸੰਗਤ ਵਿੱਚ ਬਹਿ ਕੇ ਗੁਰੂ ਦੇ ਨਾਮ ਨੂੰ ਜਪੇਗਾ, ਫਿਰ ਸਾਹਿਬ ਕਹਿੰਦੇ ਨੇ ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਜੇ ਪਰਛਾਈ ਵੱਲ ਟੁਰੋਗੇ ਪਰਛਾਈ ਤੁਹਾਡੇ ਕਦੇ ਨਹੀਂ ਹੱਥ ਆਏਗੀ, ਤੁਸੀਂ ਸੂਰਜ ਵੱਲ ਟੁਰੋ ਪਰਛਾਈ ਤੁਹਾਡੇ ਪਿੱਛੇ ਪਿੱਛੇ, ਮਾਇਆ ਵੱਲ ਟੁਰੋਗੇ ਕਦੇ ਵੀ ਰੱਜ ਨਹੀਂ ਆਏਗਾ, ਗੁਰੂ ਵੱਲ ਟੁਰੋਗੇ ਮਾਇਆ ਤੁਹਾਡੇ ਪਿੱਛੇ ਪਿੱਛੇ ਤੁਹਾਡੀ ਸੇਵਕਾ ਬਣ ਕੇ ਸੇਵਾ ਕਰੇਗੀ। ਮਹਾਰਾਜ ਕਿਰਪਾ ਕਰਨ, ਜਿਹੜਾ ਸਮਾਂ ਗੁਰੂ ਹਜ਼ੂਰੀ ਵਿੱਚ ਬਤੀਤ ਕੀਤਾ ਇਹ ਸੱਚਖੰਡ ਵਿੱਚ ਗੁਰੂ ਹਰਕਿਸ਼ਨ ਸਾਹਿਬ ਜੀ ਨੇ ਲਿਖ ਲਿਆ। ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਕੋਟਾਨ ਕੋਟ ਸ਼ੁਕਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਪ ਗੁਰੂ ਪਿਆਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਅਥਾ ਟਿਕਾ ਦੇ ਕੇ ਬਾਣੀ ਅਤੇ ਕਥਾ ਨੂੰ ਸਰਵਣ ਕੀਤਾ ਹੈ। ਸਾਂਝੇ ਤੌਰ ਤੋਂ ਸਾਰਿਆਂ ਦਾ ਧੰਨਵਾਦ, ਹੋਈਆਂ ਫੁੱਲਾਂ ਬਖਸ਼ੋ ਜੀ। ਗੁਰੂ ਕੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।